ਪੈਦਲ ਤੁਰਿਆ ਜਾਂਦਾ ਕਹਿੰਦਾ ਸਾਈਕਲ ਜੁੜ ਜਾਵੇ, ਪੈਦਲ ਤੁਰਿਆ ਜਾਂਦਾ ਕਹਿੰਦਾ ਸਾਈਕਲ ਜੁੜ ਜਾਵੇ, ਸਾਈਕਲ ਵਾਲਾ ਫੇਰ ਸਕੂਟਰ ਕਾਰ ਭਾੜਦਾ ਏ, ਪੜ੍ਹਿਆ ਲਿਖਿਆ ਬੰਦਾ ਤਾਂ ਰੁਜ਼ਗਾਰ ਭਾੜਦਾ ਏ, ਮਿਲ ਜੇ ਜੇ ਰੁਜ਼ਗਾਰ ਤੇ ਸੋਹਣੀ ਨਾਰ ਭਾਲਦਾ ਏ, ਮਿਲ ਜੇ ਸੋਹਣੀ ਨਾਰ ਤੇ ਕਿਹੜਾ ਪੁੱਛਦਾ ਬੇਬੇ ਨੂੰ, ਉਦੋਂ ਬੰਦਾ ਝੋਪੜੀਆਂ ਤੇ ਚਾਰ ਭਾਲਦਾ ਏ। ਸਾਰੀ ਜ਼ਿੰਦਗੀ ਬੰਦਾ ਉਦਾਂ ਮੰਗਦਾ ਰਹਿੰਦਾ ਏ, ਪਰ ਬੁੱਢੇ ਵਾਰੇ ਥੋੜ੍ਹਾ ਜਿਹਾ ਸਤਿਕਾਰ ਭਾਲਦਾ ਏ। ਇਹ ਵੀ ਰਾਮ ਕਹਾਣੀ ਬਹੁਤੇ ਦਿਨ ਤੱਕ ਨਹੀਂ ਚੱਲਦੀ, ਅਤੇ ਆਖਰ ਵੇਲੇ ਬੰਦਾ ਬੰਦੇ ਚਾਰ ਭਾਲਦਾ ਏ, ਅਤੇ ਆਖਰ ਵੇਲੇ ਬੰਦਾ ਬੰਦੇ ਚਾਰ ਭਾਲਦਾ ਏ। ਜੀ ਨਾ, ਬਹੁਤ ਵਧੀਆ ਲਾਈਨਾਂ ਦੇ ਨਾਲ ਮੈਂ ਜਗਤਾਰ ਸਿੰਘ ਜੱਗੀ ਹਾਜ਼ਰ ਹਾਂ ਅੱਜ ਦਾ ਲਾਈਵ ਸ਼ੋਅ ਲੈ ਕੇ ਜੈਨੂ ਜਲਵੇ ਜੱਗੀ ਦੇ। ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹਾਏ, ਅਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਜੀ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਕਰਾਂਗੇ ਅੱਜ ਵੀ ਗੱਲਾਂ ਬਾਤਾਂ, ਕੁਛ ਨਾ ਕੁਛ ਪੁਰਾਣੀਆਂ ਯਾਦਾਂ ਤਾਜ਼ਾ ਕਰਨ ਦੀ ਕੋਸ਼ਿਸ਼ ਕਰਾਂਗੇ, ਨਾਲ ਦੀ ਨਾਲ ਤੁਹਾਡੇ ਸੁਨੇਹੇ ਜਿਹੜੇ ਆਏ ਆ ਉਹ ਵੀ ਪੜ੍ਹਨ ਦੀ ਕੋਸ਼ਿਸ਼ ਕਰਾਂਗੇ। ਪਰ ਉਸ ਤੋਂ ਪਹਿਲਾਂ ਜਿਹੜੀ ਗੱਲ ਕਰਨੀ ਇਹ ਬਣਦੀ ਆ ਕਿ ਤੁਹਾਡਾ ਪੰਜਾਬੀਆਂ ਦਾ ਧੰਨਵਾਦ ਕਰਾਂਗੇ ਅਸੀਂ ਜਸ ਪੰਜਾਬੀ ਵੱਲੋਂ, ਬਹੁਤ ਪਿਆਰ ਮਿਲ ਰਿਹਾ। ਅੱਜ ਵੀ ਮੈਂ ਸੈਨੋਜ਼ੇ ਗਿਆ ਸੀ, ਉੱਥੇ ਸ਼ੂਟਿੰਗਾਂ ਵਗੈਰਾ ਕਰਕੇ ਆਏ ਹਾਂ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇੱਦਾਂ ਫੇਰਾ ਤੁਰਾ ਜਿਹੜਾ ਉਹ ਬਣਿਆ ਰਹਿਣਾ। ਬਾਕੀ ਹੁਣ ਪੰਜਾਬ ਦੀਆਂ ਖਬਰਾਂ ਦੀ ਗੱਲ ਤਾਂ ਕੀ ਕਰਨੀ ਹੈ, ਹੜ੍ਹ ਆਏ ਸੀਗੇ, ਹੜ੍ਹਾਂ ਦੇ ਵਿੱਚ ਸੇਵਾ ਕਰਨ ਵਾਲਿਆਂ ਨੇ ਆਪਣੀ ਸੇਵਾ ਕੀਤੀ ਹੈ, ਕੰਮ ਕਰਨ ਵਾਲਿਆਂ ਨੇ ਕੰਮ ਕੀਤਾ, ਅਤੇ ਲੀਡਰਾਂ ਨੇ ਆਪਣੀਆਂ ਚੰਗੀ ਤਰ੍ਹਾਂ ਰੋਟੀਆਂ ਸੇਕੀਆਂ ਇਹਦੇ ਵਿੱਚ ਵੀ। ਸੋ ਬੇਨਤੀ ਹੈ ਜਿਹੜੇ ਵੀ ਸੇਵਾ ਕਰਨ ਵਾਲੇ ਉਹਨਾਂ ਨੂੰ ਅਸੀਂ ਜਸ ਪੰਜਾਬੀ ਵੱਲੋਂ, ਜਸ ਬ੍ਰੌਡਕਾਸਟਿੰਗ ਵੱਲੋਂ ਇਹ ਬੇਨਤੀ ਜ਼ਰੂਰ ਕਰਦੇ ਹਾਂ ਕਿ ਜਿਹੜਾ ਹੜ੍ਹਾਂ ਵਾਲਾ ਕੰਮ ਹੋ ਗਿਆ, ਆਇਆ ਪਾਣੀ ਚਲੇ ਗਿਆ, ਬਹੁਤ ਸਾਰਾ ਨੁਕਸਾਨ ਹੋ ਗਿਆ, ਪਰ ਇੱਥੇ ਹੀ ਜਿਹੜੀ ਸੇਵਾ ਜਾਂ ਇੱਥੇ ਹੀ ਜਿਹੜੀ ਮਦਦ ਹੈ ਉਹ ਖਤਮ ਨਹੀਂ ਹੋ ਜਾਂਦੀ। ਇਹ ਜਿਹੜੀ ਹੁਣ ਅਸਲ ਜ਼ਰੂਰਤ ਪਾਣੀ ਸੁੱਕਣ ਤੋਂ ਬਾਅਦ ਪੈਣੀ ਆ ਉਸ ਜਗ੍ਹਾ ਜਿੱਥੇ ਹੜ੍ਹ ਆਏ ਨੇ, ਅਸਲ ਪ੍ਰੋਬਲਮਾਂ ਹੁਣ ਸ਼ੁਰੂ ਹੋਣੀਆਂ ਨੇ। ਜਦੋਂ ਪਾਣੀ ਸੁੱਕ ਜਾਣਾ ਬਹੁਤ ਸਾਰੀਆਂ ਬਿਮਾਰੀਆਂ, ਬਹੁਤ ਸਾਰੇ ਮੁਸੀਬਤਾਂ, ਰੋਟੀ ਪਾਣੀ ਦਾ ਔਖਾ। ਸੋ ਹੁਣ ਜਾ ਕੇ ਪਤਾ ਕਰੋ, ਇੱਕ ਸਾਡੀ ਆਦਤ ਪੰਜਾਬੀਆਂ ਦੀ ਇਹ ਹੈ ਵੀ ਅਸੀਂ ਜਿਹੜੇ ਪਾਸੇ ਤੁਰਦੇ ਹਾਂ ਉੱਧਰ ਨੂੰ ਹੀ ਹੋ ਤੁਰਦੇ ਹਾਂ। ਅਗਰ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਸਮਾਨ ਚੜ੍ਹਾਉਣਾ ਤਾਂ ਸਾਰੇ ਇੱਕੋ ਹੀ ਸਮਾਨ ਉਹੀ ਚੜ੍ਹਾਈ ਜਾਂਦੇ, ਉਹਦੀ ਬਹੁਤ ਜ਼ਿਆਦਾ ਬਹੁਤਾਤ ਹੋ ਜਾਂਦੀ। ਮੈਂ ਦੇਖਿਆ ਇੱਕ ਗੁਰੂ ਘਰ ਦੇ ਵਿੱਚ ਉਹ ਲੰਗਰ ਵੰਡਦੇ ਸੀਗੇ, ਲੰਗਰ ਦੇ ਨਾਲ ਜਿਹੜੀ ਦਾਲ ਉਹ ਪਾਉਂਦੇ ਸੀ, ਦਾਲ ਫੁਲਕਾ ਵਗੈਰਾ ਦਿੰਦੇ ਸੀ, ਅਤੇ ਨਾਲ ਇੱਕ ਇੱਕ ਦੋ ਦੋ ਪੈਕਟ ਦਾਲਾਂ ਦੇ ਉਹ ਫੜਾਈ ਜਾਂਦੇ ਸੀਗੇ ਜੀ। ਇੱਥੇ ਦਾਲਾਂ ਦੇ ਢੇਰ ਲੱਗ ਗਏ, ਸਾਡੇ ਇੰਨੀਆਂ ਕੰਮ ਨਹੀਂ ਆਉਂਦੀਆਂ, ਤੁਸੀਂ ਘਰ ਜਾ ਕੇ ਬਣਾ ਲਿਓ। ਹੁਣ ਇੱਥੇ ਵੀ ਹੜ੍ਹਾਂ 'ਤੇ ਵੀ ਐਂ ਹੋਇਆ ਕਿ ਧੜਾ ਧੜ ਅਸੀਂ ਸਮਾਨ ਦੇਈ ਜਾਂਦੇ, ਜ਼ਰੂਰਤ ਵਾਲਾ ਸਮਾਨ ਸਾਨੂੰ ਦੇਣਾ ਚਾਹੀਦਾ। ਹੁਣ ਜਿਹੜੀ ਜ਼ਰੂਰਤ ਹੈ ਦਵਾਈਆਂ ਦੀ ਉੱਥੇ ਜਾਂ ਖਾਣੇ ਦੀ ਸੁੱਕੇ ਰਾਸ਼ਨ ਦੀ ਹੈਗੀ ਆ, ਉਹ ਸਾਨੂੰ ਉੱਥੇ ਪਹੁੰਚਾਉਣੀ ਚਾਹੀਦੀ ਆ। ਸੋ ਕਿਤੇ ਵੀ ਸਾਨੂੰ ਪੁੱਛ ਲੈਣਾ ਚਾਹੀਦਾ। ਆਮ ਤੌਰ 'ਤੇ ਤਾਂ ਪਹਿਲਾਂ ਵਿਆਹਾਂ ਦੇ ਵਿੱਚ ਹੁੰਦਾ ਸੀ, ਅੱਜ ਕੱਲ੍ਹ ਤਾਂ ਵਿਆਹਾਂ ਦੇ ਵਿੱਚ ਵੀ ਪੁੱਛ ਲੈਂਦੇ ਵੀ ਭਾਈ ਜ਼ਰੂਰਤ ਕਿਹੜੀ ਚੀਜ਼ ਦੀ ਹੈ, ਉਹ ਚੀਜ਼ ਫਿਰ ਦੇ ਦਿੰਦੇ ਨੇ। ਸੋ ਅਸੀਂ ਕਿਤੇ ਵੀ ਕੋਈ ਦਾਨ ਕਰਦੇ ਹਾਂ, ਕਿਤੇ ਵੀ ਕੋਈ ਸੇਵਾ ਭਾਵਨਾ ਨਾਲ ਵੀ ਜਾਂਦੇ, ਤਾਂ ਉੱਥੇ ਵੀ ਸਾਨੂੰ ਬੇਸ਼ੱਕ ਅਸੀਂ ਗੁਰੂ ਘਰ ਹੀ ਕੁਛ ਚੜ੍ਹਾਉਂਦੇ ਹਾਂ, ਤਾਂ ਉਹ ਸਾਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ ਕਿਹੜੀ ਚੀਜ਼ ਉੱਥੇ ਜ਼ਰੂਰਤ ਹੈ, ਕਿਹੜੀ ਦੀ ਨਹੀਂ। ਖੈਰ, ਚਲਦੇ ਆਪਾਂ ਅੱਜ ਤੁਹਾਡੇ ਸਵਾਲਾਂ ਦੇ ਜਵਾਬ ਜਿਹੜੇ ਹੈਗੇ ਨੇ ਮੇਲ ਬਾਕਸ ਦੇ ਵਿੱਚ, ਸੁਨੇਹੇ ਸੱਜਣਾਂ ਦੇ ਸੁਨੇਹੇ। ਵੈਸੇ ਪਹਿਲਾਂ ਚਿੱਠੀਆਂ ਦੇ ਵਿੱਚ ਆਉਂਦੇ ਸੀ, ਅੱਜ ਕੱਲ੍ਹ ਤਾਂ ਸੁਨੇਹੇ ਜਿਹੜੇ ਕੜਿੱਕ ਦੇਣੀ ਟੰਨ ਦੇਣੀ ਹੁੰਦੀ ਹੈ ਫੋਨ ਦੀ, ਅਤੇ ਉਦੋਂ ਪਤਾ ਲੱਗਦਾ ਵੀ ਕਿਸੇ ਦਾ ਮੈਸੇਜ ਆ ਗਿਆ। ਪਹਿਲਾਂ ਚਿੱਠੀਆਂ ਦੇ ਵਿੱਚ ਚੰਗੇ ਸੁਨੇਹੇ ਹੁੰਦੇ ਸੀਗੇ, ਅਤੇ ਅੱਜ ਕੱਲ੍ਹ ਮੇਰਾ ਖਿਆਲ ਨਹੀਂ ਜਿਹੜੇ ਸੁਨੇਹੇ ਫੋਨਾਂ 'ਤੇ ਆਉਂਦੇ ਨੇ, ਮੈਸੇਜ ਜਿਹੜੇ ਆਉਂਦੇ ਨੇ, ਮੈਂ 99% ਮੈਸੇਜ ਮੈਂ ਕਦੇ ਪੜ੍ਹੇ ਨਹੀਂ ਹੈ। ਟਨ ਟਨ ਹੁੰਦੀ ਹੈ, ਉਹਨਾਂ ਨੂੰ ਫਟਾਫਟ ਅੱਗੇ ਨਿਗਾਉਣ ਦੀ ਕੋਸ਼ਿਸ਼ ਕਰਦੀ। ਫਿਰ ਬਹੁਤ ਸਾਰੇ ਦੋਸਤ ਮਿੱਤਰ ਗਿਲਾ ਕਰਦੇ ਨੇ ਕਿ ਤੁਸੀਂ ਸਾਡਾ ਮੈਸੇਜ ਨਹੀਂ ਪੜ੍ਹਿਆ, ਮੈਂ ਤੈਨੂੰ ਮੈਸੇਜ ਕੀਤਾ ਸੀ। ਵਟਸਐਪ 'ਤੇ ਮੈਸੇਜ ਨਹੀਂ ਪੜ੍ਹ ਹੁੰਦੇ, ਜਿਹੜਾ ਉਹਦਾ ਮੈਸੇਜ ਆਉਂਦਾ ਉਹ ਅਸੀਂ ਜ਼ਰੂਰ ਪੜ੍ਹਨ ਦੀ ਕੋਸ਼ਿਸ਼ ਕਰੀ ਦੀ ਹੈ। ਚਲੋ ਖੈਰ, ਆਪਾਂ ਜਿਹੜੇ ਤੁਹਾਡੇ ਇਹ ਮੈਸੇਜ ਹੈਗੇ ਆ ਥੋੜ੍ਹਾ ਹੱਸਣ ਹਸਾਉਣ ਵਾਲੇ, ਇਹ ਪੜ੍ਹਦੇ ਹਾਂ। ਜੈਸਮੀਨ ਕੌਰ ਫਰਿਜਨੋ ਤੋਂ ਇਹਨਾਂ ਨੇ ਪੁੱਛਿਆ ਜੀ, ਅਕਸਰ ਗਾਣੇ ਵੀ ਬਹੁਤ ਸਾਰੇ ਸੁਣੇ ਆ, ਦੇਖੇ ਵੀ ਆ, ਫਿਲਮਾਂ ਦੇ ਵਿੱਚ ਵੀ ਅਕਸਰ ਇਹੀ ਕਿਹਾ ਜਾਂਦਾ ਕਿ ਮੇਰਾ ਦਿਲ ਲੈ ਲਓ ਜਾਂ ਦਿਲ ਦੇ ਦਿਓ, ਅਤੇ ਗਾਣਿਆਂ 'ਚ ਵੀ ਸਾਰਾ ਕੁਛ ਦਿਲ ਦਾ ਹੀ ਕਿਹਾ ਜਾਂਦਾ, ਦਿਲ ਨੂੰ ਅੱਗੇ ਰੱਖਿਆ ਜਾਂਦਾ, ਦਿਲ ਦੀਆਂ ਗੱਲਾਂ ਕੀਤੀਆਂ ਜਾਂਦੀਆਂ, ਅਤੇ ਅਸਲ ਦੇ ਵਿੱਚ ਦਿਲ ਤਾਂ ਕੰਮ ਕੋਈ ਕਰਦਾ ਹੀ ਨਹੀਂ, ਕੰਮ ਤਾਂ ਸਾਰਾ ਦਿਮਾਗ ਕਰਦਾ। ਇਹ ਕਿਉਂ ਨਹੀਂ ਕਿਹਾ ਜਾਂਦਾ ਵੀ ਤੂੰ ਮੇਰਾ ਦਿਮਾਗ ਲੈ ਲੈ, ਤੂੰ ਮੇਰਾ ਦਿਲ ਦਿਲ ਦੇ ਰਹਿਣ ਦੇ ਦਿਮਾਗ ਦੇ ਦੇ ਮੈਨੂੰ ਆਪਣਾ। ਸੋ ਇਹ ਸਵਾਲ ਬੜਾ ਡਿਫੀਕਲਟ ਜਿਹਾ ਹੈਗਾ, ਟੈਕਨੀਕਲ ਜਿਹਾ ਹੈਗਾ। ਇਹ ਮੇਰੇ ਖਿਆਲ ਸ਼ੁਰੂ ਤੋਂ ਦਿਲ ਨੂੰ ਹੀ ਜ਼ਿਆਦਾ ਇੰਪੋਰਟੈਂਸ ਦਿੱਤੀ ਗਈ ਹੈ, ਕਿਉਂਕਿ ਜਿਹੜੇ ਪੁੱਠੇ ਡਿਸੀਜਨ ਆ ਨਾ ਜਿੰਨੇ, ਉਹ ਕਰਦਾ ਦਿਲ। ਜਿਵੇਂ ਆ ਪਿਆਰ ਪਿਊਰ ਹੋ ਗਿਆ ਜੀ, ਉੱਥੇ ਇਹ ਹੋ ਗਿਆ, ਅਤੇ ਉਹਨੂੰ ਐਂ ਕਰ ਲਿਆ, ਕਦੋਂ ਛਿੱਤਰ ਛੁੱਤਰ ਖਾ ਲਿਆ, ਇਹ ਸਾਰੇ ਕੰਮ ਹੁੰਦੇ ਦਿਲ ਦੇ। ਇਹ 24-25 ਸਾਲ ਤੋਂ ਪਹਿਲਾਂ ਹੁੰਦੇ ਇਹੋ ਜਿਹੇ।
ਤੇ ਉਹ ਇੰਨੀ ਕੁ ਉਮਰ ਤੱਕ ਹੀ ਬੰਦਾ ਦਿਲ ਦੀ ਗੱਲ ਕਰਦਾ, ਉਸ ਤੋਂ ਬਾਅਦ ਤਾਂ ਜਦੋਂ ਵਿਆਹ ਹੋ ਜਾਂਦਾ ਫਿਰ ਦਿਲ ਕਿਤੇ ਆਉਂਦਾ ਹੀ ਨਹੀਂ, ਫਿਰ ਦਿਮਾਗ ਹੀ ਰਹਿ ਜਾਂਦਾ। ਇਸ ਕਰਕੇ ਦਿਮਾਗ ਦੇ ਨਹੀਂ ਕਿਹਾ ਜਾਂਦਾ ਕਿ ਦਿਮਾਗ ਸਿਆਣਾ ਆ, ਦਿਮਾਗ ਥੋੜ੍ਹਾ ਸੂਝਵਾਨ ਹੈਗਾ। ਵੈਸੇ ਮੈਨੂੰ ਇਹ ਨਹੀਂ ਸਮਝ ਆਈ ਵੀ ਦਿਲ ਦੀ ਫੋਟੋ ਵੀ ਕਿੱਦਾਂ ਬਣਾਈ ਹੁੰਦੀ ਹੈ, ਐਂ ਜਿਹੇ ਕਰਕੇ ਗੋਲ ਧਾਰਾ ਜਿਹਾ, ਉਹੋ ਜਿਹਾ ਗੁਬਾਰੇ, ਉਹੋ ਜਿਹਾ ਮਾਰਕੀਟ ਦੇ ਵਿੱਚ ਟੈਡੀ, ਉਹੋ ਜਿਹਾ ਸਾਰਾ ਕੁਛ ਹੁੰਦਾ ਵੀ ਕੋਈ ਇੱਕ ਅੱਧੀ ਚੀਜ਼ ਤਾਂ ਦਿਮਾਗ ਦੇ ਸ਼ਕਲ ਦੀ ਬਣਾ ਰਹੇ ਹੋ। ਹੁਣ ਮੈਨੂੰ ਤਾਂ ਇਹ ਲੱਗਦਾ ਵੀ ਲੋਕਾਂ ਨੂੰ ਦਿਮਾਗ ਦੀ ਸ਼ਕਲ ਹੀ ਨਹੀਂ ਪਤਾ ਕਿਹੋ ਜਿਹੀ ਹੈ, ਦਿਲ ਦੀ ਸ਼ਕਲ ਵੀ ਆਪੇ ਪੱਲੇ ਵੀ ਬਣਾਈ ਹੋਈ ਹੈ, ਮੈਨੂੰ ਨਹੀਂ ਲੱਗਦਾ ਦਿਲ ਇੱਦਾਂ ਹੁੰਦਾ, ਦਿਲ ਚੰਗਾ ਭਲਾ ਹੋਣਾ ਆਮ ਜਿਵੇਂ ਸਾਡੇ ਬੋਡੀ ਦੇ ਅੰਗ ਨੇ। ਚਲੋ ਖੈਰ, ਇਹ ਗਾਣਿਆਂ ਗੁਣਿਆਂ ਦੀ ਗੱਲ ਜਿਹੜੀ ਹੈਗੀ ਇਹਦੇ ਬਾਰੇ ਆਪਾਂ ਫਿਰ ਗੱਲ ਕਰਾਂਗੇ। ਅਗਲਾ ਸਵਾਲ ਇਹਨੇ ਨਵਾਜ਼ ਅਹਿਮਦ ਫ੍ਰੀ ਮੋਡ ਤੋਂ, ਇਹ ਲਿਖਦੇ ਨੇ ਜੀ ਕਿ ਮਰਦ ਦੀ ਡੈਫੀਨੇਸ਼ਨ, ਹਾਂਜੀ ਮਰਦ ਦੀ ਡੈਫੀਨੇਸ਼ਨ ਅਤੇ ਪਤਨੀ ਦੀ ਕੀ ਪਰਿਭਾਸ਼ਾ ਹੁੰਦੀ ਹੈ। ਇਹ ਤਾਂ ਕਸੂਤਾ ਸਵਾਲ ਹੀ, ਦੋਨੇ ਕਸੂਤੇ ਪੁੱਛ ਲਓ ਤੁਸੀਂ। ਮਰਦ ਦੀ ਡੈਫੀਨੇਸ਼ਨ ਇੱਕ ਬੱਚੇ ਨੇ ਆਪਣੇ ਪਿਓ ਨੂੰ ਪੁੱਛੀ ਸੀ ਵੀ ਕਹਿੰਦੇ ਵੀ ਮਰਦ ਕੀ ਹੁੰਦਾ, ਮੈਂ ਸੁਣਿਆ ਮਰਦ ਬਣੋ ਮਰਦ ਬਣੋ ਮਰਦ ਬਣੋ, ਲੋਕ ਕਹਿੰਦੇ ਮਰਦ ਕੀ ਹੁੰਦਾ। ਪਿਤਾ ਉਹਦਾ ਕਹਿੰਦਾ ਵੀ ਬੇਟਾ ਮਰਦ ਉਹ ਹੁੰਦਾ ਜੋ ਬਹੁਤ ਦਲੇਰ ਹੋਵੇ, ਹਰ ਫੈਸਲਾ ਪਟੱਕ ਦੇ ਨਹੀਂ ਲਵੇ, ਕਿਸੇ ਤੋਂ ਡਰੇ ਨਾ, ਐਂ ਜੋ ਗੱਲ ਕਹਿਣੀ ਮੂੰਹ 'ਤੇ ਕਵੇ ਉਹਨੂੰ ਮਰਦ ਕਹਿੰਦੇ ਨੇ, ਜੇ ਅਣਖ ਪਿੱਛੇ ਜੋ ਆਪਣੀ ਜਾਨ ਵੀ ਦੇ ਦੇ ਉਹਨੂੰ ਮਰਦ ਕਹਿੰਦੇ ਨੇ, ਜਿਹੜਾ ਕਿਸੇ ਆਪਣੀ ਗੱਲ ਪਗਾਵੇ ਉਹਨੂੰ ਮਰਦ ਕਹਿੰਦੇ ਨੇ। ਭੋਲਾ ਭਾਲਾ ਬੱਚਾ ਸੀਗਾ ਅਤੇ ਉਹ ਕਹਿੰਦਾ ਪਾਪਾ ਠੀਕ ਹੈ ਫਿਰ ਮੈਂ ਵੀ ਵੱਡਾ ਹੋ ਕੇ ਮੰਮੀ ਦੀ ਤਰ੍ਹਾਂ ਮਰਦ ਬਣੂੰਗਾ। ਉਹਨੇ ਮੰਮੀ ਦੇਖੀ ਹੋਣੀ ਹੈ, ਹਰ ਗੱਲ ਬਣਾਉਣੀ, ਹਰ ਗੱਲ ਕਰਦੀ ਕਰਾਉਂਦੀ, ਸੋ ਮਰਦ ਦੀ ਡੈਫੀਨੇਸ਼ਨ ਸਮਝ ਆ ਗਈ ਹੋਣੀ ਤੁਹਾਨੂੰ, ਵਿਆਹੇ ਹੋਏ ਮਰਦ ਦੀ ਡੈਫੀਨੇਸ਼ਨ 'ਚ ਇਹ ਹੈ। ਪਤਨੀ ਦੀ ਡੈਫੀਨੇਸ਼ਨ ਜਿਹੜੀ ਆ, ਪਤਨੀ ਦੀ ਡੈਫੀਨੇਸ਼ਨ, ਪਤਨੀ ਕੀ ਪਰਿਭਾਸ਼ਾ ਕੀ ਹੈ। ਵੈਸੇ ਸਿਆਣੇ ਕਹਿੰਦੇ, ਮੈਂ ਨਹੀਂ ਇਹ ਗੱਲ ਕਹਿੰਦਾ, ਪਤਨੀ ਕੀ ਪਰਿਭਾਸ਼ਾ ਹੈ ਜੋ ਟੋਕ ਟੋਕ ਕੇ ਟੋਕ ਟੋਕ ਕੇ ਟੋਕ ਟੋਕ ਕੇ 10 ਸਾਲਾਂ ਦੇ ਵਿੱਚ ਤੁਹਾਡੀਆਂ ਸਾਰੀਆਂ ਆਦਤਾਂ ਬਦਲ ਦਿੰਦੀ ਹੈ ਅਤੇ ਫਿਰ ਰੋਜ਼ ਇਹੀ ਤਾਨਾ ਦਿੰਦੀ ਹੈ ਜੀ ਤੁਸੀਂ ਪਹਿਲਾਂ ਵਰਗੇ ਨਹੀਂ ਰਹੇ। ਆਦਤਾਂ ਆਪ ਬਦਲੀਆਂ ਹੁੰਦੀਆਂ, ਪਹਿਲਾਂ ਵਰਗੇ ਨੇ ਬੰਦੇ ਨੇ ਕਿੱਥੋਂ ਰਹਿਣਾ। ਵੈਸੇ ਵੀ ਬਹੁਤ ਸਾਰੀਆਂ ਹੁਣ ਪਤਨੀਆਂ ਜੋ ਵਿਆਹ ਤੋਂ ਪਹਿਲਾਂ, ਅੱਜ ਕੱਲ੍ਹ ਤਾਂ ਹੁਣ ਰਿਵਾਜ਼ ਪੁੱਠਾ ਹੋ ਗਿਆ ਨਾ, ਪਹਿਲਾਂ ਚਲੋ ਨਹੀਂ ਸੀ ਹੁੰਦਾ, ਅੱਜ ਕੱਲ੍ਹ ਤਾਂ ਪਹਿਲਾਂ ਹੀ ਮਿਲ ਗਿਲ ਲੈਂਦੇ, ਪਹਿਲਾਂ ਹੀ ਸਾਰਾ ਕੁਛ ਘੁੰਮ ਘੰਮ ਲਿਆ ਅਤੇ ਪਹਿਲਾਂ ਇੱਕ ਦੂਜੇ ਦਾ ਸਾਰਾ ਪਤਾ ਹੁੰਦਾ, ਅਤੇ ਵਿਆਹ ਤੋਂ ਬਾਅਦ ਫਿਰ ਬੰਦੇ ਨੇ ਬਦਲਣਾ ਹੀ ਹੁੰਦਾ। ਮੈਂ ਵਿਆਹ ਤੋਂ ਬਾਅਦ ਵੀ ਘਰ ਵਾਲੀਆਂ ਚਾਹੁੰਦੀਆਂ ਕਿ ਉੱਦਾਂ ਦਾ ਹੀ ਰਹੋ ਤੁਸੀਂ, ਅਤੇ ਵਿਆਹ ਤੋਂ ਬਾਅਦ ਉੱਦਾਂ ਦਾ ਰਹਿਣਾ ਔਖਾ, ਬਹੁਤ ਔਖਾ, ਮੈਨੂੰ ਕਹਿਣਾ ਔਖਾ ਹੋਇਆ ਤਾਂ ਰਹਿਣਾ ਔਖਾ ਕਰਨਾ ਕਿ ਤੁਸੀਂ ਆਪਣੇ ਹਿਸਾਬ। ਖੈਰ ਜੀ, ਗਗਨ ਬਾਜਵਾ ਕੈਲਗਿਰੀ ਤੋਂ, ਇਹ ਕਹਿੰਦੇ ਜੀ ਮੇਰਾ ਬੜੇ ਅਜੀਬੋ ਗਰੀਬ ਬੰਦਿਆਂ ਨਾਲ ਵਾਹ ਪੈਂਦਾ ਹੈ, ਜਿਹਨਾਂ ਬੰਦਿਆਂ ਦਾ ਕੁਛ ਸਿਰ ਪੈਰ ਨਹੀਂ ਹੁੰਦਾ ਔਰ ਉਹ ਇਰੀਟੇਟ ਕਰਦੇ ਨੇ ਕਿ ਤੁਹਾਡਾ ਵੀ ਕਦੇ ਇਹੋ ਜਿਹੇ ਬੰਦੇ ਨਾਲ ਵਾਹ ਪਿਆ। ਮੈਂ ਕਹਿੰਦਾ ਜੀ ਇੱਕ ਤਾਂ ਅੱਧਾ ਰੋਜ਼ ਪੈਂਦੇ ਜੀ ਇਹੋ ਜਿਹੇ ਬੰਦਿਆਂ ਨੇ ਵਾਹ, ਅਜੀਬੋ ਗਰੀਬ ਬੰਦੇ ਵਾਕਿਆ ਹੀ ਦੁਨੀਆਂ ਦੇ ਵਿੱਚ ਬਹੁਤ ਹੁੰਦੇ ਆ। ਪੰਜਾਬ ਦੇ ਵਿੱਚ ਵੀ ਵਾਹ ਪੈਂਦਾ ਸੀਗਾ ਜਦੋਂ ਅਸੀਂ ਉੱਥੇ ਰਹਿੰਦੇ ਸੀ, ਅਤੇ ਇੱਕ ਬੰਦਾ ਪੂਰੀ ਗਰਮੀ ਪੂਰੀ ਆਹ ਜੂਨ ਜੁਲਾਈ ਦਾ ਮਹੀਨਾ, ਮਈ ਜੂਨ ਦਾ ਪੂਰਾ ਟੈਂਪਰੇਚਰ ਉੱਥੇ 40-45 ਟੈਂਪਰੇਚਰ, ਅਤੇ ਅਜੀਬੋ ਗਰੀਬ ਦੀ ਗੱਲ ਕਰਨ ਲੱਗਿਆ ਅਤੇ ਉਹ ਨਾ ਦੀਵਾਰ ਨੂੰ ਪੇਂਟ ਕਰੀ ਜਾਵੇ, ਬਾਹਰ ਦੀਵਾਰ ਪੇਂਟ ਕਰੀ ਜਾਵੇ, ਨਾਲੇ ਪੇਂਟ ਵਾਲਾ ਡੱਬਾ ਰੱਖਿਆ ਨਾਲੇ ਦੀਵਾਰ ਪੇਂਟ ਕਰੀ ਜਾਵੇ, ਅਤੇ ਉਹਨੇ 2 ਕੋਟ ਪਾਏ ਹੋਏ, ਇੱਕ ਕੋਟ ਹੇਠ ਦੀ ਪਾਇਆ, ਇੱਕ ਕੋਟ ਉੱਪਰ ਦੀ ਪਾਇਆ, ਇੱਕ ਲਾਲ ਰੰਗ ਦਾ, ਇੱਕ ਕਾਲੇ ਰੰਗ ਦਾ। ਮੈਂ ਬੜਾ ਹੈਰਾਨ ਹੋਇਆ, ਮੈਂ ਕਿਹਾ ਵੀ ਯਾਰ ਤੁਸੀਂ ਕੋਟ, ਇੰਨੀ ਗਰਮੀ ਹੈ ਤੁਸੀਂ ਗਰਮੀ ਨਹੀਂ ਲੱਗਦੀ ਤੁਹਾਨੂੰ 2 ਕੋਟ ਪਾਏ? ਕਹਿੰਦਾ ਬਹੁਤ ਲੱਗਦੀ ਹੈ ਯਾਰ, ਪੁੱਛਣਾ ਬਹੁਤ ਬੁਰਾ ਹਾਲ ਹੋਇਆ ਪਿਆ। ਅਤੇ ਮੈਂ ਕਿਹਾ ਵੀ ਫਿਰ ਤੂੰ ਲਾ ਦੇ ਇੰਨੀ ਗਰਮੀ 'ਚ ਕਿਉਂ ਪਾਏ ਹੈ? ਉਹਨੇ ਕਹਿੰਦਾ ਮੈਂ ਤਾਂ ਪਾਏ ਆ ਵੀ ਆਹ ਡੱਬੇ ਦੇ ਉੱਪਰ ਲਿਖਿਆ ਕਿ ਵਧੀਆ ਰਿਜ਼ਲਟ ਵਾਸਤੇ 2 ਕੋਟ ਜ਼ਰੂਰੀ। ਮੈਂ ਕਿਹਾ ਇਹ ਉਹ 2 ਕੋਟ ਨਹੀਂ ਹੈਗੇ, ਇਹ ਇਹ ਜਿਹੜੇ ਮਾਰ ਰਿਹਾ ਤੂੰ ਇਹ 2 ਕੋਟ ਹੈ। ਸੋ ਇਹੋ ਜਿਹੇ ਬੰਦੇ ਹੁੰਦੇ ਜਿਹੜੇ ਬੜਾ ਇਰੀਟੇਟ ਕਰਦੇ ਨੇ। ਕਈ ਵਾਰੀ ਪੁਲਿਸ ਵਾਲਾ ਵੀ ਬੰਦਾ ਇਰੀਟੇਟ ਕਰਦਾ, ਇੱਕ ਬੰਦਾ ਪੁਲਿਸ ਨੇ ਰੋਕਿਆ ਓਵਰ ਸਪੀਡ ਦੇ ਵਿੱਚ, ਰੋਕ ਕੇ ਉਹਨੂੰ ਪੰਜਾਬ ਦੇ ਵਿੱਚ ਕਹਿੰਦਾ ਤੁਹਾਨੂੰ ਪਤਾ ਤੁਸੀਂ 110 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਜਾ ਰਹੇ ਸੀਗੇ, ਪਤਾ ਤੁਹਾਨੂੰ? ਉਹ ਕਹਿੰਦਾ ਜੀ ਐਵੇਂ ਕਿਉਂ ਬੇਵਕੂਫ ਬਣਾਈ ਜਾਂਦੇ ਮੈਨੂੰ, ਮੈਨੂੰ 15 ਮਿੰਟ ਤਾਂ ਹੋਏ ਹੋਏ ਜੇ ਘਰੋਂ ਚੱਲੇ ਨੂੰ, 110 ਦੀ ਸਪੀਡ 'ਤੇ ਮੈਂ ਕਿੱਥੋਂ ਪਹੁੰਚ ਗਿਆ? ਸੋ ਉਹਨੇ ਫਿਰ ਸਮਝਾਇਆ ਪੁਲਿਸ ਵਾਲੇ ਨੇ, ਚਲਾਨ ਕੱਟ ਕੇ ਚੰਗੀ ਤਰ੍ਹਾਂ 4 ਗਾਲਾਂ ਕੱਢ ਕੇ ਵੀ ਕਿਵੇਂ ਪਹੁੰਚਿਆ ਇੱਥੋਂ ਤੱਕ। ਸੋ ਇਹ ਗੱਲਾਂ ਪਤਾ, ਸਵਾਲ ਮੇਰੇ ਕੋਲ ਹਜੇ 2 ਕੁ ਹੋਰ ਵੀ ਸੀਗੇ ਪਰ ਬ੍ਰੇਕ ਦਾ ਸਮਾਂ ਹੋ ਗਿਆ, ਅਤੇ ਬ੍ਰੇਕ ਤੋਂ ਬਾਅਦ ਆਪਾਂ ਫਿਰ ਸਿੱਧੇ ਚੱਲਾਂਗੇ ਜਿਵੇਂ ਕਹਿੰਦੇ ਹੁੰਦੇ ਹਾਂ ਕਿ ਵਿਸ਼ੇ ਵੱਲ। ਅਤੇ ਵਿਸ਼ਾ ਅੱਜ ਦਾ ਵੀ ਥੋੜ੍ਹਾ ਜਿਹਾ ਸਾਡੀ ਜ਼ਿੰਦਗੀ ਦੇ ਨਾਲ ਹੀ ਮਿਲਦਾ ਜੁਲਦਾ ਹੈਗਾ, ਅਕਸਰ ਕੋਸ਼ਿਸ਼ ਇਹੀ ਹੁੰਦੀ ਹੈ ਕੋਈ ਵੀ ਵਿਸ਼ਾ ਮੈਂ ਜਿਹੜਾ ਰੱਖਦਾ
ਕਿ ਉਹ ਸਾਡੇ ਨਾਲ ਆਮ ਜ਼ਿੰਦਗੀ ਦੇ ਵਿੱਚ ਜ਼ਰੂਰ ਵਿਚਰਦਾ ਹੁੰਦਾ। ਅਤੇ ਅੱਜ ਜੇ ਗੱਲ ਕਰੀਏ ਤਾਂ ਅਸੀਂ ਪੁਰਾਣੀਆਂ ਪਿੰਡਾਂ ਦੀਆਂ ਯਾਦਾਂ ਵੀ ਤਾਜ਼ਾ ਕਰੀ ਦੀਆਂ, ਨਾਲ ਦੀ ਨਾਲ ਪੁਰਾਣੇ ਰੀਤੀ ਰਿਵਾਜ਼ਾਂ ਦੀ ਵੀ ਗੱਲ ਕਰੀ ਦੀ ਹੈ। ਅੱਜ ਵੀ ਇੱਕ ਐਸੀ ਚੀਜ਼ ਬਾਰੇ ਆਪਾਂ ਗੱਲ ਕਰਨੀ ਆ, ਵਿਸ਼ਾ ਰੱਖਣਾ, ਜਿਹਦਾ ਮੈਨੂੰ ਲੱਗਦਾ ਕਿ ਅੱਜ ਕੱਲ੍ਹ ਦੇ ਨਿਆਣੇ ਦੀ ਜੇ ਗੱਲ ਛੱਡ ਦਈਏ, ਜਮਾਂ ਛੋਟੇ ਨਿਆਣੇ ਦੀ, ਵੈਸੇ ਤਾਂ ਉਹਨਾਂ ਦਾ ਵਿਵਾਹ ਪੈਂਦਾ ਹੋਏਗਾ, ਅਤੇ ਪਰ ਹਰ ਬੰਦੇ ਦਾ ਵਿਵਾਹ ਜ਼ਰੂਰ ਉਸ ਚੀਜ਼ ਦੇ ਨਾਲ ਪਿਆ ਹੋਏਗਾ ਜਿਹੜੀ ਚੀਜ਼ ਦੀ ਅੱਜ ਮੈਂ ਗੱਲ ਕਰਨੀ ਹੈ, ਜਿਸ ਵਿਸ਼ੇ ਦੀ ਮੈਂ ਅੱਜ ਗੱਲ ਕਰਨੀ ਹੈ। ਬੜਾ ਹੀ ਮਜ਼ੇਦਾਰ ਵਿਸ਼ਾ, ਸੋ ਕਰ ਦਾਂਗੇ ਬ੍ਰੇਕ ਤੋਂ ਬਾਅਦ। ਫਿਲਹਾਲ ਲਓ ਬ੍ਰੇਕ ਅਤੇ ਦੇਖਦੇ ਰਹੋ ਜਸ ਪੰਜਾਬੀ। ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਤੁਹਾਡਾ ਜ਼ਾਇਨੂ ਜਲਵੇ ਜੱਗੀ ਦੇ ਵਿੱਚ। ਗੱਲਬਾਤ ਕਰੀਏ, ਵਿਸ਼ੇ ਵੱਲ ਚੱਲੀਏ। ਪਹਿਲੀ ਲਾਈਨ ਇੱਕ, ਅੱਜ ਮੈਂ ਜਦੋਂ ਪ੍ਰੋਗਰਾਮ ਸ਼ੁਰੂ ਕੀਤਾ ਤਾਂ ਉਹਦੇ 'ਚ ਪਹਿਲੀ ਇੱਕ ਲਾਈਨ ਸੀ ਕਿ ਪੈਦਲ ਤੁਰਿਆ ਜਾਂਦਾ ਕਹਿੰਦਾ ਸਾਈਕਲ ਜੁੜ ਜਾਵੇ। ਉਹ ਤੋਂ ਬਾਅਦ ਇੱਕ ਗੁਰਦਾਸ ਮਾਨ ਦਾ ਗੀਤ ਆਇਆ ਸੀਗਾ, ਸੁਣੀ ਕੁੜੀਏ ਜਿਉਣ ਜੋਗੀਏ ਸਾਈਕਲ ਸਰਵਿਸ ਕਰ ਲੈ, ਸੁਣੀ ਕੁੜੀਏ ਜਿਉਣ ਜੋਗੀਏ ਸਾਈਕਲ ਸਰਵਿਸ ਕਰ ਲੈ, ਜੇਕਰ ਹੈਂਡਲ ਵਿੰਗਾ ਹੋ ਜਾਏ ਮਾਰ ਬਰੇਕਾਂ ਖੜ ਲੈ, ਗੋਡਿਆਂ ਦੇ ਵਿੱਚ ਟਾਇਰ ਪਸਾ ਕੇ ਹੈਂਡਲ ਸਿੱਧਾ ਕਰ ਲੈ, ਸਾਈਕਲ ਮਿੱਤਰਾਂ ਦਾ ਛੱਤ ਲਗਾ ਕੇ ਫੜ ਲੈ। ਇਹ ਗਾਣਾ ਸਾਈਕਲ 'ਤੇ ਗੁਰਦਾਸ ਮਾਨ ਸਾਹਿਬ ਨੇ ਗਾਇਆ। ਔਰ ਹੁਣ ਗੱਡੀਆਂ ਆ ਗਈਆਂ, ਹੁਣ ਸਾਨੂੰ ਲੱਗਦਾ ਪਤਾ, ਪਰ ਅਸੀਂ ਪੰਜਾਬ ਦੀ ਗੱਲ ਕਰੀਏ, ਤੁਹਾਨੂੰ ਪਿੱਛੇ ਲੈ ਚੱਲਾਂ ਪੰਜਾਬ ਦੇ ਵਿੱਚ, ਤਾਂ ਸਾਈਕਲ ਦੀ ਕੀ ਅਹਿਮੀਅਤ ਹੁੰਦੀ ਸੀ, ਕਿਹੜਾ ਸਾਈਕਲ ਪਹਿਲਾਂ, ਤਾਂ ਕਿੰਨੀ ਵਾਰੀ ਹੈਂਡਲ ਵਿੰਗਾ ਹੋਇਆ, ਤਾਂ ਕਿੰਨੀ ਵਾਰੀ ਡਿੱਗ ਕੇ ਗੋਡੇ ਰਗੜ ਹੋਏ ਆ ਸਾਈਕਲ, ਅਤੇ ਨਾਲ ਦੀ ਨਾਲ ਚੇਨ ਦੇ ਵਿੱਚ ਪਜਾਮਾ ਵੀ ਵਾਹਵਾ ਫਸ ਜਾਂਦਾ ਹੁੰਦਾ ਸੀ ਕਈ ਵਾਰੀ ਸੁੱਖ ਨਾਲ। ਅਤੇ ਉਦੋਂ ਬਾਅਦ ਜੇ ਗੱਲ ਕਰੀਏ ਇੱਕ ਖਤਰਨਾਕ ਜੀ ਸਾਈਕਲ ਦੇ, ਜਦੋਂ ਕੁੱਤੇ ਫੇਲ ਹੋ ਜਾਂਦੇ ਸੀ, ਅਤੇ ਫੇਰ ਕੀ ਬੀਤਦੀ ਸੀਗੀ ਕੁੱਤਿਆਂ ਨਾਲ, ਉਦੋਂ ਵੀ ਬੰਦਾ ਡਿੱਗਦਾ ਉਲਟਾ ਕੇ। ਮੈਨੂੰ ਇਹ ਨਹੀਂ ਸਮਝ ਆਉਂਦੀ, ਮੈਂ ਨਿੱਕਾ ਹੁੰਦਾ ਸੋਚਦਾ ਸੀਗਾ ਜਦੋਂ ਸਾਈਕਲ ਚਲਾਉਂਦਾ ਸੀ, ਮੈਂ ਵੀ ਪਹਿਲਾਂ ਜਿਹੜਾ ਸਾਈਕਲ ਲਿਆ ਸੀਗਾ ਉਹ 24 ਇੰਚੀ ਸਾਈਕਲ ਸੀਗਾ, ਪੁਰਾਣਾ ਹੀ ਲਿਆ ਸੀਗਾ ਕਿਸੇ ਕੋਲੋਂ, ਵੈਲਡਿੰਗ ਹੋਇਆ ਸੀ ਥਾਂ ਥਾਂ ਤੋਂ, ਜੋ ਪਹਿਲਾ ਸਾਈਕਲ ਜਿਹੜਾ ਲਿਆ ਸੀਗਾ। ਮੈਂ ਇਹ ਸੋਚਦਾ ਸੀ ਵੀ ਕੁੱਤੇ ਕੀ ਹੁੰਦੇ ਸਾਈਕਲ ਦੇ ਵਿੱਚ, ਮੈਂ ਕਿਹਾ ਸ਼ਾਇਦ ਨਿੱਕੇ ਨਿੱਕੇ ਕਤੂਰੇ ਜਿਹੜੇ ਉਹ ਫੜ ਕੇ ਪਾਏ ਹੁੰਦੇ ਹੋਣੇ, ਪਰ ਹੁਣ ਬਾਅਦ ਦੇ ਵਿੱਚ ਪਤਾ ਲੱਗਾ ਵੀ ਉਹ ਕੁੱਤੇ ਸਾਈਕਲ ਦੇ ਵਿੱਚ ਜਿਹੜੇ ਹੁੰਦੇ ਆ ਉਹ ਸਾਈਕਲ ਬਣਾਉਣ ਵਾਲੇ ਨੇ ਵੀ ਨਹੀਂ ਕਦੇ ਸੋਚਿਆ ਹੋਣਾ ਵੀ ਉਹਨਾਂ ਨੂੰ ਕੁੱਤੇ ਕਹਿੰਦੇ ਆ ਜਿਹਨੇ ਸਾਈਕਲ ਬਣਾਇਆ। ਖੈਰ ਸਾਈਕਲ ਦੀ ਗੱਲ ਕਰੀਏ, ਸਾਈਕਲ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਅਹਿਮ ਰੋਲ ਰਿਹਾ, ਅੱਜ ਕੱਲ੍ਹ ਦੇ ਬੱਚਿਆਂ ਨੂੰ ਸ਼ਾਇਦ ਸਾਈਕਲ ਨਹੀਂ ਚਲਾਇਆ ਹੋਏਗਾ। ਔਰ ਪੰਜਾਬ ਦੀ ਗੱਲ ਕਰੀਏ ਤਾਂ ਬੱਚਿਆਂ ਨੂੰ ਕਹੀਏ ਸਕੂਲੇ ਸਾਈਕਲ 'ਤੇ ਚਲ ਜਾਓ, ਤਾਂ ਜਾਂਦੇ ਨਹੀਂ ਹੈਗੇ ਵੀ ਸਾਡੀ ਬੇਇੱਜ਼ਤੀ ਹੁੰਦੀ ਹੈ, ਮੋਟਰਸਾਈਕਲ ਲੈ ਕੇ ਦਿਓ, ਸਕੂਟਰ 'ਤੇ ਵੀ ਨਹੀਂ ਜਾਂਦੇ ਵੀ ਸਾਡੀ ਬੇਇੱਜ਼ਤੀ ਹੁੰਦੀ ਹੈ ਨਿਆਣਿਆਂ ਦੇ ਵਿੱਚ। ਅਤੇ ਅਸੀਂ ਜੇ ਗੱਲ ਕਰੀਏ, ਮੈਂ ਆਪਣੇ ਟਾਈਮ ਦੀ ਗੱਲ ਕਰਾਂ ਜਾਂ ਮੇਰੇ ਵਰਗੇ ਜਿਹੜੇ ਹੋਰ ਹੈਗੇ ਨੇ ਮੇਰੇ ਤੋਂ ਉੱਪਰਲੀ ਏਜ ਦੇ ਜਿਨ੍ਹਾਂ ਨੇ ਸਾਈਕਲ ਦੇਖਿਆ ਹੋਏਗਾ, ਉਹਨਾਂ ਦੀ ਅਗਰ ਗੱਲ ਕਰੀਏ ਤਾਂ ਸਾਈਕਲ ਜਦੋਂ ਕਿਤੇ ਸਕੂਲੇ ਲਿਜਾਉਣ ਨੂੰ ਮਿਲ ਜਾਂਦਾ ਸੀ ਉਦੋਂ ਨਜ਼ਾਰਾ ਚਾਅ ਚੜ੍ਹ ਜਾਂਦਾ ਸੀ ਮੇਰੇ। ਸਾਡਾ ਪਿੰਡ ਵੀ ਸਕੂਲ ਜਿਹੜਾ ਸੀਗਾ 4-5 ਕਿਲੋਮੀਟਰ ਦਾ ਸੀਗਾ, ਤਾਂ ਵੈਸੇ ਤੁਰ ਕੇ ਜਾਈਦਾ ਸੀਗਾ, ਤੁਰ ਕੇ ਆਈਦਾ ਸੀ, ਪਰ ਗਰਮੀਆਂ ਦੇ ਵਿੱਚ ਕਈ ਵਾਰੀ ਚੱਪਲ ਵੀ ਟੁੱਟ ਜਾਂਦੀ ਸੀ, ਚੱਪਲ ਪਾ ਕੇ ਚੱਪਲ ਟੁੱਟੀ ਹੁੰਦੀ ਸੀ ਤਾਂ ਉਹਦੇ ਉੱਪਰ ਦੀ ਫਿਰ ਲੀਰ ਬੰਨ੍ਹ ਕੇ ਹੇਠਾਂ ਡੱਕਾ ਵਸਾ ਕੇ, ਉਹ ਵੀ ਕੰਮ ਕੀਤਾ ਹੈਗਾ, ਉਦੋਂ ਚੱਲ ਜਾਂਦਾ ਸੀ ਉਹ। ਹੁਣ ਉਹ ਚੀਜ਼ਾਂ ਅੱਜ ਖਤਮ ਹੋ ਗਈਆਂ, ਜੁੱਤੀ ਗਠਾਉਣੀ, ਜੁੱਤੀ ਪਾਲਿਸ਼ ਕਰਾਉਣ ਵਾਲਾ ਮਾੜਾ ਮੋਟਾ ਰਿਵਾਜ਼ ਹੈਗਾ, ਜੁੱਤੀ ਰਿਪੇਅਰ ਕਰਨ ਵਾਲਾ ਕੰਮ ਖਤਮ ਹੋ ਗਿਆ। ਚਲੋ ਖੈਰ, ਆਪਾਂ ਸਾਈਕਲ ਦੀ ਗੱਲ ਕਰਦੇ ਸੀ, ਸਾਈਕਲ ਦੀ ਅਹਿਮੀਅਤ ਕਿੰਨੀ ਕੁ ਸੀਗੀ ਤੁਹਾਡੀ ਜ਼ਿੰਦਗੀ ਦੇ ਵਿੱਚ, ਕੀ ਇਹਦਾ ਇਤਿਹਾਸ ਹੈਗਾ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਕੀ ਇਤਿਹਾਸ ਹੈਗਾ। ਵੈਸੇ ਦੁਨੀਆ ਦੀ ਗੱਲ ਕਰੀਏ ਤਾਂ ਜਰਮਨ ਦੇ ਵਿੱਚ ਕਹਿੰਦੇ ਵੀ ਸਭ ਤੋਂ ਪਹਿਲਾਂ ਜਿਹੜਾ ਸਾਈਕਲ ਸੀਗਾ ਉਹ ਕਾਰਲੀ ਡਰੈਸ ਕੋਈ ਨਾਂ ਦਾ ਬੰਦਾ ਹੈਗਾ, ਕਾਰਲੀ ਜਿਹੜਾ ਉਹਦਾ ਪੂਰਾ ਨਾਂ ਬਾਰਨ ਕਾਰਲੀ ਡਰੈਸ, ਚਲੋ ਕੋਈ ਵੀ ਨਾਂ ਹੋਇਆ, ਉਹਨੇ ਪਹਿਲਾਂ 17 ਦੇ ਵਿੱਚ ਇਹ ਸਾਈਕਲ ਬਣਾਇਆ। ਪੁਰਾਣੇ ਸਮਿਆਂ ਦੇ ਸਾਈਕਲ ਦੀ ਗੱਲ ਕਰੀਏ ਅਤੇ ਅੱਜ ਦੇ ਸਾਈਕਲ ਨਾਲ ਕੰਪੇਅਰ ਕਰੀਏ, ਜ਼ਮੀਨ ਅਸਮਾਨ ਦਾ ਫਰਕ ਹੈ। ਜਿੰਮੀ ਸਾਹਿਬ ਨਾਲ ਨਾਲ ਪੁਰਾਣੇ ਸਾਈਕਲ ਜਿਹੜੇ ਆ ਵਿੱਚ ਆਏ ਨੇ, ਇੱਕ ਸਭ ਤੋਂ ਪਹਿਲਾਂ 1820 ਦੇ ਵਿੱਚ ਜਿਹੜਾ ਸਾਈਕਲ ਸੀਗਾ ਉਹ ਹੋਰ ਤਰ੍ਹਾਂ ਬਣਾਇਆ ਸੀ। ਉਸ ਤੋਂ ਪਹਿਲਾਂ ਸਾਈਕਲ ਦੱਸਦੇ ਹੋਏ ਵੀ ਟਿਊਬਾਂ ਨਹੀਂ ਸੀ ਹੁੰਦੀਆਂ, ਅਤੇ ਲੱਕੜ ਦੇ ਟਾਇਰਾਂ ਵਾਲੇ ਵੀ ਸਾਈਕਲ ਕਿਸੇ ਨੇ ਬਣਾਏ, ਕਿਸੇ ਨੇ ਕੁਛ ਬਣਾਇਆ, ਕਿਸੇ ਨੇ ਕੁਛ ਬਣਾਇਆ। ਪਰ ਅਸੀਂ ਭਾਰਤ ਦੀ ਗੱਲ ਕਰੀਏ ਤਾਂ ਕਹਿੰਦੇ ਆ ਵੀ 1938 ਦੇ ਵਿੱਚ ਸਾਈਕਲ ਇੰਡੀਆ ਦੇ ਵਿੱਚ ਆਇਆ ਬਰਾਬਰ ਟਾਇਰਾਂ ਵਾਲਾ। ਉਦੋਂ ਪਹਿਲਾਂ ਵੱਡੇ ਛੋਟੇ ਟਾਇਰ ਵੀ ਹੁੰਦੇ ਸੀ, ਹੁਣ ਵੀ ਸਰਕਸ ਦੇ ਵਿੱਚ ਇੱਕ ਟਾਇਰ ਵਾਲੇ ਸਾਈਕਲ ਚਲਾਈ ਜਾਂਦੇ, ਉਹ ਵੀ ਸਾਈਕਲ ਕਹਿੰਦੇ ਨੇ। ਸੋ ਸਾਈਕਲ ਬਾਰੇ ਅੱਜ ਗੱਲ ਕਰਨੀ ਹੈ ਜੀ, ਸਾਈਕਲ ਦੀ ਕੀ ਅਹਿਮੀਅਤ ਹੁੰਦੀ ਸੀ ਸਾਡੀ ਜ਼ਿੰਦਗੀ ਦੇ ਵਿੱਚ, ਲੈਂਦੇ ਤੁਹਾਡੀਆਂ ਕਾਲਾਂ, ਜਾਣਦੇ ਤੁਹਾਡੇ ਵਿਚਾਰ ਜੀ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਸਰ, ਸਰਦਾਰ ਗਿਆਨ ਸਿੰਘ ਜੀ। ਉਹ ਤੁਹਾਡਾ ਵਿਸ਼ਾ ਚੱਲਦਾ ਕੁੱਤਿਆਂ ਦਾ, ਕੁੱਤੇ ਤਾਂ ਉਹਨੂੰ ਕੁੱਤੇ ਕਹਿੰਦੇ ਹੋ, ਟੁਕ ਟੋਂ 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 ਕੁੱਤਿਆਂ ਕਰਦੇ ਰਹਿੰਦੇ ਆ, ਜੋ ਪੁੱਠਾ ਆਪਾਂ ਪੈਡਲ ਮਾਰਦੇ ਨਾ ਟੋਂ 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 ਟੋਂ, ਉਹ ਸੁਣਾ ਤਾਂ
ਕੁੱਤਾ ਨਾ ਖੂਹ ਦਾ ਵੀ ਪਿਆਉਗਾ, ਹੁੰਦਾ, ਹਨਾ। ਕੁੱਤਾ ਖੂਹ ਤੇ ਵੀ ਹੁੰਦਾ ਨਾ, ਖੂਹ ਦਾ ਵੀ ਹੁੰਦਾ ਹਾਂ, ਕੁੱਤਾ। ਕੁੱਤਾ ਖੂਹ ਦਾ ਵੀ ਟਿਕਟੇ ਕਰਦਾ, ਉਹਦੇ ਨਾ ਤਾਂ ਹੀ ਕੁੱਤਾ ਪਿਆ, ਉਹ ਵੀ ਟਿਕਟੇ ਕਰਦਾ। ਇੱਕ ਸਾਈਕਲ ਵੀ ਪੁੱਠਾ ਜਿਹਾ ਚੱਲਦੇ ਆ, ਅੱਛਾ, ਆਪਾਂ ਪੈਡਲ ਮਾਰਨੇ ਛੱਡ ਦਈਏ, ਟਿਕ 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 ਕੁੱਤਿਆਂ ਕੋਲ, ਤਾਂ ਇਹਦਾ ਨਾਂ ਕੁੱਤੇ ਪਿਆ, ਹਨਾ। ਹਾਂਜੀ, ਹਾਂ ਚਲੋ, ਮੈਂ ਤੁਹਾਨੂੰ ਛੋਟੇ ਜਿਹੇ ਹੋਰ, ਪਹਿਲੇ ਜਿਹੜਾ ਸਭ ਤੋਂ ਪਹਿਲੇ ਬੀਬੀ ਨੇ ਸਵਾਲ ਕੀਤਾ ਨਾ, ਉਹਦਾ ਜਵਾਬ ਦੇਣ ਲੱਗਾ ਆ। ਉਹ ਕਹਿੰਦੇ ਵੀ ਦਿਮਾਗ ਦੀ ਗੱਲ ਕਿਉਂ ਨਹੀਂ ਕਰਦੇ, ਦਿਲ ਦੀ ਕਿਉਂ ਕਰਦੇ ਆ? ਤੁਸੀਂ ਇਹ ਦੱਸੋ, ਜੇ ਦਿਮਾਗ ਜੇ 2-3 ਮਿੰਟ ਲਈ ਬੰਦ ਹੋ ਜਾਏ, ਕੀ ਤੇ ਇਹ ਦਿਲ ਬੰਦ ਹੋ ਜਾਏ ਤਾਂ ਕੀ ਦਿਮਾਗ ਕੰਮ ਕਰ ਜਾਊਗਾ? ਨਹੀਂ ਕਰੂਗਾ। ਅਗਰ 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 ਦਿਮਾਗ ਚੱਲਦਾ ਹੈ ਤਾਂ ਦਿਮਾਗ ਕੰਮ ਕਰਨ ਨੂੰ ਹਟ ਵੀ ਜਾਵੇ ਕੁਛ ਸਮੇਂ ਲਈ, ਤੇ ਬੰਦਾ ਜੀਂਦਾ ਰਹਿ ਸਕਦਾ, ਚੱਲ ਫਿਰ ਸਕਦਾ। ਇਸ ਕਰਕੇ ਦਿਮਾਗ ਨਾਲੋਂ ਦਿਲ ਦੀ ਸਭ ਤੋਂ ਵੱਧ ਵੈਲਜੂ ਆ। ਜਿਵੇਂ ਕਾਰਬੇਟਰ ਦੀ ਗੱਡੀ ਵਿੱਚ ਕਾਰਬੇਟਰ ਦੀ ਵੈਲਜੂ ਹੈਗੀ, ਠੀਕ ਨੀ? ਗੱਡੀ ਕਿੰਨੀ ਮਹਿੰਗੀ ਆ, ਅਗਰ ਅਗਰ ਉਹਦਾ ਕਾਰਬੋਰੇਟਰ 'ਚ ਕਚਰਾ ਕਚਰਾ ਵੀ ਆ ਜਾਏ, ਤੇ ਗੱਡੀ ਜਿੰਨੀ ਮਰਜ਼ੀ ਮਹਿੰਗੀ ਆ, ਤੁਸੀਂ ਧੋ ਨਹੀਂ ਸਕਦੇ, ਠੀਕ ਨਹੀਂ? ਇਸੇ ਤਰ੍ਹਾਂ ਜਿਹੜਾ ਜਿਹੜਾ ਦਿਲ ਹੈ ਨਾ ਇਨਸਾਨ ਦਾ, ਇਸ ਤੋਂ ਉੱਪਰ ਕੋਈ ਕੋਈ ਚੀਜ਼ ਨਹੀਂ ਹੈਗੀ ਆਪਣੇ ਬੋਡੀ 'ਚ ਕਿ ਜਿਹਦੇ ਬਗੈਰ ਆਪਾਂ ਕੰਮ ਚਲਾ ਸਕਦੇ ਹਾਂ। ਇੱਕ ਦਿਲ ਦੇ ਬਗੈਰ ਨਹੀਂ ਕੰਮ ਚਲਾ ਸਕਦੇ। ਦਿਮਾਗ ਘੱਟ ਕੰਮ ਕਰਦਾ, ਬਾਂਹ ਟੁੱਟ ਗਈ ਜਾਂ ਲੱਤ ਟੁੱਟ ਗਈ ਜਾਂ ਜੋ ਮਰਜ਼ੀ, ਮਗਰ ਇੱਕ ਦਿਲ, ਅਗਰ ਦਿਲ ਨਹੀਂ ਕੰਮ ਕਰੂਗਾ ਤੇ ਉਹ ਸਰੀਰ ਨਹੀਂ ਚੱਲ ਸਕਦਾ। ਅੱਛਾ, ਮੈਂ ਇੱਕ ਹੋਰ ਤੁਹਾਡੀ ਗੱਲ ਇਹਦੇ ਨਾਲ ਹੀ ਕਲੀਅਰ ਕਰ ਦੇਵਾਂ ਕਿ ਦਿਲ ਨੂੰ ਕਿਉਂ ਕਿਹਾ ਜਾਂਦਾ ਹੋਵੇਗਾ, ਕਿਉਂਕਿ ਬਾਕੀ ਸਰੀਰ ਦੇ ਜਿੰਨੇ ਪਾਰਟ ਨੇ, ਈਵਨ ਵਿੱਚ ਦਿਮਾਗ ਵੀ ਆ ਗਿਆ, ਹੱਥ ਪੈਰ ਸਾਰੇ ਸਾਰੇ ਪਾਰਟ ਬੋਡੀ ਦੇ ਰੈਸਟ ਕਰ ਲੈਂਦੇ, ਆਰਾਮ ਕਰ ਲੈਂਦੇ ਆ। ਇੱਕ ਦਿਲ ਹੈਗਾ ਜਿਹਨੇ 24 ਆਵਰ ਕੰਮ ਕਰਨਾ। ਹਾਂ ਬਿਲਕੁਲ ਜੀ, ਇਹ ਜੇ 4 ਆਵਰ ਨਾ ਕੰਮ ਕਰੇ ਤੇ ਫਿਰ ਸਰੀਰ ਤਾਂ ਖਤਮ ਹੋ ਗਿਆ। ਜੇ ਜੇ ਦਿਲ ਕੰਮ ਕਰੂਗਾ, ਖੂਨ ਚੱਲੂਗਾ, ਦਿਲ ਦਿਲ ਚੱਲੂਗਾ, ਸਾਹ ਚੱਲੂਗਾ, ਹਰ ਹਰ ਚੀਜ਼ ਦਾ ਕਨੈਕਸ਼ਨ ਤਾਂ ਬੋਡੀ ਨਾਲ ਹੈਗਾ ਹੀ ਆ ਨਾ। ਉਹ ਸਾਰੇ ਸਾਹ ਦਾ ਚੱਲਣਾ, ਖੂਨ ਦਾ ਚੱਲਣਾ, ਖੂਨ ਦਾ ਕੀ ਬਣਨਾ ਕੀ ਨਹੀਂ ਬਣਨਾ, ਉਹ ਇੱਕ ਦਿਲ ਦੇ ਨਾਲ ਹੀ ਸਭ ਕੁਝ ਚੱਲਦਾ। ਜੇ ਦਿਲ ਨਹੀਂ ਤੇ ਸਭ ਕੁਝ ਸਟੋਪ ਹੋ ਜਾਣਾ, ਤੁਹਾਡਾ ਜਾਮ ਹੋ ਜਾਣਾ। ਗਿਆਨ ਸਿੰਘ ਜੀ, ਸਾਈਕਲ ਬਾਰੇ ਵੀ ਜ਼ਰੂਰ ਜਾਣਨਾ ਪਾਓ, ਕੀ ਅਹਿਮੀਅਤ ਸੀ ਸਾਡੇ ਉਹਦੀ, ਸਾਡੀ ਜ਼ਿੰਦਗੀ ਦੇ ਵਿੱਚ ਸਾਈਕਲ ਦੀ ਕੀ ਅਹਿਮੀਅਤ? ਸਾਈਕਲ ਤਾਂ ਜੀ ਮੈਂ ਤਾਂ 1942 ਤੋਂ ਚਲਾਉਣਾ ਜੀ, 1942 ਤੋਂ ਮੈਂ ਚਲਾਉਣ ਲੱਗ ਪਿਆ ਸੀਗਾ ਸਾਈਕਲ। ਸਾਡੇ ਘਰ ਸਾਈਕਲ ਸੀ 1942 ਦੇ ਵਿੱਚ, ਨੋਰਮਲ ਸਾਈਕਲ ਸੀ ਹੈ ਜੀ। 1942 ਦੇ ਵਿੱਚ ਸਾਈਕਲ ਦੀ ਸ਼ਕਲ ਇਦਾਂ ਦੀ ਹੋਈ ਸੀ ਜਿੱਦਾਂ ਦਾ ਅੱਜ ਕੱਲ ਜਾਂ ਉਹ ਕੁਛ ਹੋਰ ਤਰ੍ਹਾਂ? ਹਾਂ ਇਦਾਂ ਦੀ ਸੀਗੀ। ਸਾਡੇ ਜਿਹੜਾ ਘਰ ਸਾਈਕਲ, ਇੱਕ ਹੁੰਦਾ ਲੇਡੀ ਸਾਈਕਲ, ਇੱਕ ਹੁੰਦਾ ਜੈਂਟ ਸਾਈਕਲ। ਤੇ ਜਦੋਂ ਮੈਂ ਸਾਈਕਲ ਸਿੱਖਿਆ, ਲੱਤਾਂ ਵਿੱਚ ਪਾ ਕੇ ਨਾ ਫਰੇਮ ਦੇ ਤੇ ਚਲਾਈ ਦਾ ਸੀਗਾ ਸਾਈਕਲ। ਉਹ ਜਦੋਂ ਜਦੋਂ ਰੋਡ ਉੱਚੀ ਜਗ੍ਹਾ ਤੇ ਲੈ ਜਾਣਾ ਸੀ, ਸਕੂਲ ਦੇ ਕੋਲ ਸਾਡੇ ਗਰਾਊਂਡ ਸੀ ਉੱਚੀ ਜਗ੍ਹਾ ਤੋਂ ਨੀਵੀਂ, ਉੱਧਰ ਰੇੜ ਲੈਣਾ, ਜੇ ਡਿੱਗਣ ਲੱਗੇ ਵੀ ਤੇ ਲੱਤ ਥੱਲੇ ਲਾ ਲੈਣੀ, ਠੀਕ ਨਹੀਂ? ਤੇ ਫਿਰ ਕਈ ਵਾਰੀ ਤੇ ਸਾਈਕਲ ਦੇ ਪਿੱਛੇ ਕੈਰੀਅਰ ਤੇ ਬਹਿ ਕੇ ਵੀ ਕਈ ਸਿੱਖਦੇ ਆ, ਕਿਉਂ ਥੱਲੇ ਪੈਰ ਲੱਗ ਜਾਂਦੇ, ਡਿੱਗਣ ਤੋਂ ਬੰਦਾ ਬਚ ਜਾਂਦਾ ਹੈ। ਉੱਪਰਲੀ ਕਾਠ ਤੇ ਤਾਂ ਬੰਦਾ ਬਹਿੰਦਾ ਜਦੋਂ ਬੰਦਾ ਚਲਾਉਣ ਸਿੱਖ ਜਾਂਦਾ। ਪਹਿਲਾਂ ਉਹਨੂੰ ਕਿੰਚੀ ਸਾਈਕਲ ਕਹਿੰਦੇ ਆ, ਵਿੱਚ ਲੱਤਾਂ ਲੱਤ ਪਾ ਕੇ ਨਾ ਆਪਾਂ ਚਲਾਉਂਦੇ ਹੁੰਦੇ, ਤੁਸੀਂ ਸ਼ਾਇਦ ਪਤਾ ਨਹੀਂ ਕਿੱਦਾਂ ਸਿੱਖਿਆ ਹੋਊਗਾ। ਅਸੀਂ ਤਾਂ ਉਹ ਚਲਾਇਆ ਪਹਿਲਾਂ, ਹਨਾ, ਉਹ ਚਲਾਇਆ ਪਹਿਲਾਂ। ਸਾਡੇ ਘਰ ਤੇ ਸਾਈਕਲ ਪਿਆ ਸੀ ਪਹਿਲਾਂ ਅਫਰੀਕਾ ਚੋਂ ਆਏ, ਹਾਂਜੀ, 1947 'ਚ ਮੈਂ ਚਲਾਉਣ ਲੱਗ ਪਿਆ ਸੀਗਾ ਬੜਾ ਸੋਹਣਾ। ਤੇ ਸਾਈਕਲ ਦੇ ਮੁਤਲਕ ਤਾਂ ਹੈ ਹੀ ਇੰਨਾ ਤਜਰਬਾ, ਠੀਕ ਨਹੀਂ? ਚੈਨ ਚੈਨ ਉਤਰਦੀ ਹੈ, ਪਹੁੰਚਾ ਫਸਦਾ ਚੈਨ ਦੇ ਵਿੱਚ, ਪਜਾਮਾ ਫਸਦਾ, ਕੁੱਤੇ ਫੇਲ ਹੁੰਦੇ, ਉਹ ਇੱਕ ਵੱਖਰਾ ਹੀ ਨਜ਼ਾਰਾ ਹੁੰਦਾ ਸੀ ਜਿਹੜੇ ਅੱਜ ਕੱਲ੍ਹ ਦੇ ਮੇਰੇ ਖਿਆਲ ਬੱਚਿਆਂ ਨੂੰ ਇਹ ਚੀਜ਼ਾਂ ਨਹੀਂ ਪਤਾ। ਨਜ਼ਾਰੇ ਨਜ਼ਾਰੇ ਤਾਂ ਨਜ਼ਾਰੇ ਤੇ ਸਾਈਕਲ 'ਚ ਬਥੇਰੇ ਹੈਗੇ ਆ, ਡਿੱਗਦੇ ਡੁੱਗਦੇ ਵੀ ਰਹੇ ਹਾਂ, ਰੇਸਾਂ ਵੀ ਲਾਉਂਦੇ ਰਹੇ ਹਾਂ, ਸਾਈਕਲ ਨੇ ਬਹੁਤ ਕੁਛ ਕੀਤਾ ਅਸੀਂ। ਜਦ ਮਸ਼ੀਨਰੀ ਸਾਈਕਲ ਸੀਗੀ ਪਾਰਟੀਸ਼ਨ ਤੋਂ ਪਹਿਲਾਂ, ਆ ਮੋਟਰਸਾਈਕਲ ਸਕੂਟਰ ਗੱਡੀਆਂ ਦੇ ਬਾਅਦ 'ਚ ਹੀ ਆਈਆਂ, ਅਸੀਂ ਤਾਂ ਪਾਰਟੀਸ਼ਨ ਪਹਿਲਾਂ ਚਲਾਏ। ਉਦੋਂ ਉਹ ਸਭ ਤੋਂ ਮਹਿੰਗੀ ਸਵਾਰੀ ਸਾਈਕਲ ਹੀ ਸੀਗੀ, ਕਿਤੇ ਜਾਣਾ ਹੋਵੇ ਸਾਈਕਲ ਹੀ ਸੀਗਾ ਜਿਹੜਾ। ਹਾਂਜੀ, 1942 'ਚ ਕਿੰਨੇ ਕੁ ਸਾਈਕਲ ਸੀ ਦੱਸਦੇ ਨੇ ਕਿ ਇੰਡੀਆ ਦੇ ਵਿੱਚ ਸਾਈਕਲ ਜਿਹੜਾ 1938 'ਚ ਆਇਆ? ਹਾਂਜੀ, ਇੰਡੀਆ ਦੇ ਵਿੱਚ ਸਾਈਕਲ ਕਹਿੰਦੇ 1938 ਦੇ ਵਿੱਚ ਆਇਆ, 1938 ਦੇ ਵਿੱਚ ਭਾਰਤ ਵਿੱਚ ਸਾਈਕਲ ਆਇਆ। ਉਹ ਸਾਡੇ ਤਾਂ ਭਾਈ ਅਫਰੀਕਾ 'ਚ ਲਿਆਉਂਦੇ ਸੀ, ਸਾਡੇ ਜਿਹੜੇ ਵੱਡੇ ਸੀਗੇ ਅਫਰੀਕਾ 'ਚ ਪਹਿਲਾਂ ਆ ਗਏ, ਉਹਨਾਂ ਸਾਡੇ ਘਰ 'ਤੇ ਸਾਈਕਲ ਪਿਆ ਸੀਗਾ, ਮੇਰੀ ਸੁਰ ਤੋਂ ਪਹਿਲਾਂ ਦਾ ਪਿਆ ਸੀਗਾ, ਮੇਰੀ ਸੁਰ ਤੋਂ। ਅਸੀਂ ਇੱਥੋਂ ਤਾਂ ਮੈਂ 1948 'ਚ ਖਰੀਦਿਆ ਨਵਾਂ ਹਿੰਦ ਸਾਈਕਲ, ਜਦੋਂ ਮੈਂ ਜਲੰਧਰ ਪੜ੍ਹਨ ਲੱਗਾ। ਸਾਡੇ ਘਰ ਤਾਂ ਹੈਂਬਰ ਤੇ ਰੈਲੇ ਸਾਈਕਲ ਪਏ ਸੀ ਪਹਿਲਾਂ ਹੀ, ਸਾਡੇ ਵੱਡਿਆਂ ਨੇ ਲਿਆਂਦੇ ਅਫਰੀਕਾ 'ਚੋਂ। ਸਾਡੇ ਕੋਲ ਹਰ ਚੀਜ਼ ਸੀਗੀ ਜਿਹੜੇ। ਹਾਂਜੀ, ਚੋਰੀ ਚੋਰੀ ਹੋਇਆ ਸਾਈਕਲ ਕਦੇ? ਚੋਰੀ ਚੋਰੀ ਵੀ ਹੋਇਆ ਕਰੀ, ਉਹ ਵੀ ਪੁੱਛ ਲਓ, ਬਾਅਦ ਦੀ ਗੱਲ ਹੈ। ਹਾਂਜੀ, ਚੋਰੀ ਏਦਾਂ ਹੋਇਆ, ਉਹ ਸਾਈਕਲ ਮੈਂ ਕਿਸੇ ਕਾਰਖਾਨੇ ਕੰਮ ਕਰਾਉਣ ਗਿਆ, ਤੇ ਮੈਂ ਸਾਈਕਲ ਨੂੰ ਲੌਕ ਨਾ ਕੀਤਾ, ਅੰਦਰ ਗਿਆ ਤੇ ਬੁਸ਼ ਬਣਨੇ ਦੇਣੇ ਸੀਗੇ ਖਰਾਬੀਏ ਨੂੰ, ਮੈਂ ਬੁਸ਼ ਦੇ ਕੇ ਬਾਹਰ ਨਿਕਲ ਗਿਆ ਤੇ ਸਾਈਕਲ ਚੋਰੀ ਹੋ ਗਿਆ, ਤੇ ਮੈਂ ਉਹਦੀ ਕੰਪਲੇਂਟ ਨਾ ਲਿਖਾਈ, ਹਨਾ। ਤੇ ਕੁਛ ਦੇਰ ਬਾਅਦ ਉਹ ਚੋਰ ਫੜਿਆ ਗਿਆ, ਤੇ ਉਦੋਂ ਪੁਲਿਸ ਵਾਲੇ ਉਲਟਾ ਮੈਨੂੰ ਕਹਿਣ ਲੱਗਾ, ਤੇਰਾ ਸਾਈਕਲ ਚੋਰੀ ਹੋਇਆ, ਵੀ ਤੂੰ ਇਹ ਲਿਖਾਈ ਨੀ ਰਿਪੋਰਟ। ਮੈਂ ਕਿਹਾ ਜੀ, ਜੇ ਮੈਂ ਰਿਪੋਰਟ ਲਿਖਾਉਂਦਾ ਨਾ, ਜਿੰਨੇ ਦਾ ਮੇਰਾ ਸਾਈਕਲ ਆ,
ਉਦੋਂ ਬਾਅਦ ਮੇਰਾ ਟਾਈਮ ਖਰਾਬ ਹੋ ਜਾਣਾ ਸੀਗਾ, ਕੁਛ ਤੁਸੀਂ ਮੈਨੂੰ ਚਾਹ ਪਾਣੀ ਲੈ ਲੈਣਾ ਸੀਗਾ, ਤੇ ਮੈਂ ਕਿਹਾ ਖਸਮਾਂ ਨੂੰ ਖਾਏ 70-80 ਦਾ ਸਾਈਕਲ ਹੀ ਜਾਣਾ ਤੇ ਮੈਂ ਕਮਾ ਕੇ ਪੈਸੇ ਬਣਾ ਲੂੰਗਾ, ਤੇ ਪਰ ਉਹ ਫਿਰ ਮੇਰੀ ਗੱਲ ਸੁਣੋ, ਚੋਰ ਜਿਹੜਾ ਸੀਗਾ ਉਹ ਲਾਗੇ ਦਾ ਸੀਗਾ, ਲਾਂਬੜ ਦੇ ਕੋਲ ਪਿੰਡ ਸੀ ਉਹਦਾ, ਉਹ ਕਹਿੰਦਾ ਦੇਖੋ ਜੀ ਮੇਰਾ ਕੰਮ ਸੀਗਾ, ਮੈਂ ਹਰ ਫੈਕਟਰੀ ਮੂਹਰੇ ਰੋਜ਼ ਖੜਾ ਹੁੰਦਾ ਆ, ਕੋਈ ਨਾ ਕੋਈ ਬੰਦਾ ਅੰਦਰ ਕੰਮ ਕਰਾਉਣ ਆਉਂਦਾ ਹੀ ਇਸ ਵਰਕਸ਼ਾਪ ਦੇ ਵਿੱਚ, ਅੰਦਰ ਖਰਾਦਾਂ ਲੱਗੀਆਂ ਮਸ਼ੀਨਾਂ ਲੱਗੀਆਂ ਆ, ਤੇ ਕਈ ਬੰਦੇ ਤੇਰੇ ਵਰਗੇ ਕਾਹਲੀ ਕਾਹਲੀ ਜੇ ਸਾਈਕਲ ਸਟੈਂਡ ਤੇ ਲਾ ਕੇ ਅੰਦਰ ਭੱਜ ਜਾਂਦੇ ਆ, ਤੇ ਮੈਂ ਪਹਿਲਾਂ ਤਿਆਰ ਹੁੰਦਾ ਤੇ ਮੈਂ ਤੇ ਇੱਕ ਮਿੰਟ ਵੀ ਲਾਉਂਦਾ, ਏਦਾਂ ਚੱਲ ਜਾਣਾ, ਜਾਂ ਸਾਈਕਲ ਚੋਰੀ ਉਹ ਡਾਕਖਾਨਾ ਜਿਹੜਾ ਹੈ ਜੀ, ਹਾਂਜੀ ਹਾਂਜੀ ਬੋਲੋ, ਹਾਂ ਜੀ ਏਦਾਂ ਹੀ ਸੀਗਾ ਵੀ ਉਹ ਚੋਰ ਨੇ ਵੀ ਦੱਸਿਆ ਵੀ, ਮੈਂ ਕਹਿੰਦਾ ਵੀ ਮੇਰਾ ਤਾਂ ਕੰਮ ਇਹ ਹੈ ਵੀ ਮੈਂ ਤਾਂ ਕਾਰਖਾਨੇ ਮੈਂ ਰੋਜ਼ ਖੜਾ ਹੁੰਦਾ ਆ, ਕੋਈ ਨਾ ਕੋਈ ਦਿਹਾੜੀ ਚੱਕਰ ਦਾ ਬੰਦਾ ਇਹੋ ਜਿਹਾ ਆਉਂਦਾ ਹੀ ਆ ਜਿਹੜਾ ਕਿ ਲੋਕ ਨਹੀਂ ਕਰਦਾ, ਤੇ ਅੰਦਰ ਚੱਲ ਜੇ ਮੈਂ ਪਹਿਲਾਂ ਤਿਆਰ ਹੁੰਦਾ ਤੇ ਉਹਦਾ ਮੂੰਹ ਅੰਦਰ ਨੂੰ ਹੋਇਆ ਤੇ ਮੈਂ ਸਾਈਕਲ ਘੁਮਾ ਕੇ ਬਾਹਰ ਨੂੰ ਕਰਕ ਤੇ ਚੱਲ ਜਾਣਾ। ਅੱਛਾ 1948 ਕਿੰਨੀ ਕਿੰਨੀ ਗੱਲ ਸੀਗਾ, ਚਲੋ ਹੈ ਜੀ ਮਿਹਰਬਾਨੀ ਤੁਹਾਡੀ, ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ, ਗੱਲਬਾਤ ਕਰਨ ਵਾਸਤੇ ਬ੍ਰੇਕ ਦਾ ਸਮਾਂ ਹੋ ਗਿਆ। ਵੈਸੇ ਮੈਂ ਸਵਾਲ ਜਿਹੜਾ ਇਹ ਕੀਤਾ ਸੀਗਾ ਇਹਨਾਂ ਨੂੰ ਗਿਆਨ ਸਿੰਘ ਜੀ ਨੂੰ, 1948 'ਚ ਕਹਿੰਦੇ ਸਾਈਕਲ ਪਹਿਲਾਂ ਲਿਆ, ਵੀ ਉਦੋਂ ਸਾਈਕਲ ਕਿੰਨੇ ਕੁ ਦਾ ਸੀ ਅਤੇ ਕਿੰਨੀ ਕੁ ਹੁਣ ਅੱਜ ਕੱਲ੍ਹ ਕਿੰਨੀ ਕੀਮਤ ਹੋਏਗੀ। ਮੈਂ ਵੀ ਸਾਈਕਲ ਜਿਹੜਾ ਮੈਂ ਮੇਰੇ ਖਿਆਲ ਪੁਰਾਣਾ ਜਿਹਾ ਸਾਈਕਲ ਸੀਗਾ ਕਿਸੇ ਕੋਲ ਖੜਾ, ਜਦੋਂ ਮੈਂ ਪਹਿਲਾਂ ਚੰਡੀਗੜ੍ਹ ਆਇਆ ਅਤੇ ਚੰਡੀਗੜ੍ਹ ਦੇ ਵਿੱਚ ਆ ਕੇ ਸਾਈਕਲ ਲਿਆ, ਅਤੇ ਪਿੰਡ ਦੀ ਗੱਲ ਕਰੀਏ ਤਾਂ ਪਿੰਡ ਬਾਪੂ ਵਾਲਾ ਸਾਈਕਲ ਹੁੰਦਾ ਸੀ, ਡੈਡੀ ਵਾਲਾ ਸਾਈਕਲ, ਭਾਪਾ ਜੀ ਵਾਲਾ ਸਾਈਕਲ ਜਿਹੜਾ, ਉਹੀ ਇੱਕੋ ਹੀ ਸਾਈਕਲ ਘਰ 'ਚ ਹੁੰਦਾ ਸੀ, ਉਹੀ ਜਾਂਦੇ ਹੁੰਦੇ ਸੀਗੇ। ਅੱਜ ਕੱਲ੍ਹ ਸਾਈਕਲ ਦੀ ਗੱਲ ਛੱਡੋ, ਗੱਡੀਆਂ ਹਰ ਬੰਦੇ ਕੋਲ ਇਕੱਲੀ ਇਕੱਲੀ ਗੱਡੀ ਹੈਗੀ ਆ, ਅਤੇ ਪਹਿਲੇ ਸਮਿਆਂ ਦੇ ਵਿੱਚ ਗੁਆਂਢੀਆਂ ਕੋਲੋਂ ਵੀ ਸਾਈਕਲ ਮੰਗ ਕੇ ਲਿਆਉਂਦੇ ਹੁੰਦੇ ਸੀ, ਸਾਈਕਲ ਦਿਓ ਜੀ, ਮਾੜਾ ਜਿਹਾ ਸ਼ਹਿਰ ਤਾਂ ਹੀ ਜਾਣਾ ਦਵਾਈ ਲੈਣ ਮੁੰਡੇ ਦੀ। ਸੋ ਉਹ ਯਾਦਾਂ ਅੱਜ ਆਪਾਂ ਸਾਈਕਲ ਦੀਆਂ ਤਾਜ਼ਾ ਕਰਨੀਆਂ, ਖਾਸ ਤੌਰ 'ਤੇ ਸਾਈਕਲ ਦੀ ਅਹਿਮੀਅਤ ਉਦੋਂ ਕਿੰਨੀ ਕੁ ਹੁੰਦੀ ਸੀ, ਅਤੇ ਅੱਜ ਕੱਲ੍ਹ ਬੱਚੇ ਜਿਹੜੇ ਨੇ ਉਹ ਸਾਈਕਲ ਨੂੰ ਕੀ ਸਮਝਦੇ ਨੇ, ਚਲਾਉਂਦੇ ਨੇ ਕਿ ਨਹੀਂ ਚਲਾਉਂਦੇ। ਔਰ ਕਮਾਲ ਦੀ ਗੱਲ ਇਹ ਹੈ, ਪਹਿਲਾਂ ਸਾਈਕਲ ਚਲਾਉਣਾ ਪੈਂਦਾ ਸੀ, ਮਜਬੂਰੀ ਸੀ, ਕੁਛ ਵੀ ਕਰਨਾ ਸਾਈਕਲ 'ਤੇ ਜਾਣਾ ਪੈਂਦਾ ਸੀ। ਅੱਜ ਕੱਲ੍ਹ ਲੋਕ ਗੱਡੀਆਂ 'ਚ ਜਾਂਦੇ ਨੇ, ਗੱਡੀ 'ਚ ਜਾਂਦੇ ਨੇ, ਜਿਮ ਮਹਿੰਗੀ ਗੱਡੀ ਮਰਸੀ ਦੀ ਗੱਡੀ, ਜਿਮ 'ਚ ਜਾ ਕੇ ਉੱਥੇ ਜਾ ਕੇ ਪੈਸੇ ਦੇ ਕੇ ਸਾਈਕਲ ਚਲਾਉਂਦੇ ਆ, ਸਮਾਂ ਬਦਲ ਗਿਆ। ਸੋ ਇਹਦੇ ਬਾਰੇ ਗੱਲਾਂ ਬਾਤਾਂ ਕਰਾਂਗੇ, ਯਾਦਾਂ ਤਾਜ਼ਾ ਕਰਾਂਗੇ ਪੁਰਾਣੇ ਸਾਈਕਲ ਦੀਆਂ। ਫਿਲਹਾਲ ਬ੍ਰੇਕ ਦੇਖਦੇ ਰਹੋ ਜਸ ਪੰਜਾਬੀ। ਜੀ ਬ੍ਰੇਕ ਤੋਂ ਬਾਅਦ ਸਵਾਗਤ ਪ੍ਰੋਗਰਾਮ ਜੈਨੂ ਜਲਵੇ ਜੱਗੀ ਦੇ, ਔਰ ਗੱਲਬਾਤ ਚੱਲ ਰਹੀ ਅੱਜ ਸਾਈਕਲ ਦੀ, ਅਤੇ ਜ਼ਰੂਰ ਕੋਈ ਨਾ ਕੋਈ ਆਪਣਾ ਤਜ਼ਰਬਾ ਸਾਂਝਾ ਕਰੋ ਸਾਈਕਲ ਦੀ ਅਹਿਮੀਅਤ। ਨਾਲ ਦੀ ਨਾਲ ਮੈਂ ਇਹ ਵੀ ਜ਼ਰੂਰ ਸਾਡੇ ਦਰਸ਼ਕਾਂ ਨੂੰ ਪੁੱਛਣਾ ਚਾਹਾਂਗਾ, ਅਸੀਂ ਅਗਰ ਪੰਜਾਬ ਦੀ ਗੱਲ ਕਰੀਏ ਜਾਂ ਇੱਧਰਲੇ ਮੁਲਕਾਂ ਦੀ ਗੱਲ ਕਰੀਏ, ਕਿ ਅੱਜ ਸਾਈਕਲ ਕਿੱਥੇ ਖੜਾ, ਸਾਈਕਲ ਦੀ ਕੀ ਅਹਿਮੀਅਤ ਹੈ, ਬੱਚੇ ਸਾਈਕਲ ਚਲਾਉਂਦੇ ਕਿ ਨਹੀਂ ਚਲਾਉਂਦੇ। ਪਹਿਲਾਂ ਵਾਲਾ ਉਹ ਜੋ ਨਜ਼ਾਰਾ ਅਸੀਂ ਕਹਿ ਲਈਏ, ਚਾਹੇ ਉਦੋਂ ਸਹੂਲਤਾਂ ਨਹੀਂ ਹੁੰਦੀਆਂ ਸੀਗੀਆਂ, ਪਰ ਜੋ ਸਾਈਕਲ ਦਾ ਨਜ਼ਾਰਾ, ਸਿਹਤ ਫਿੱਟ ਰਹਿੰਦੀ ਸੀ, ਜਾਂ ਸ਼ੂਗਰਾਂ ਸ਼ਾਗਰਾਂ ਤਾਂ ਬਿਲਕੁਲ ਹੁੰਦੀਆਂ ਨਹੀਂ ਸੀ। ਜੇ ਅੱਜ ਵੀ ਹੁਣ ਨਿਆਣੇ ਸਕੂਲ 'ਤੇ ਸਕੂਲੇ ਸਾਈਕਲ 'ਤੇ ਜਾਣ, ਤਾਂ ਉਹਨਾਂ ਨੂੰ ਛੇਤੀ ਛੇਤੀ ਬਿਮਾਰੀ ਵੱਡੇ ਹੋਣ ਤੱਕ ਲੱਗਦੀ ਨਹੀਂ ਹੈਗੀ। ਚਲੋ ਆਪਾਂ ਤੁਹਾਡੀਆਂ ਕਾਲਾਂ ਲੈਂਦੇ ਹਾਂ, ਜਾਣਦੇ ਤੁਹਾਡੇ ਵਿਚਾਰ। ਹੈਲੋ, ਹੈਲੋ, ਹਾਂਜੀ ਜੱਗੀ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਕੌਣ ਬੋਲਦੇ ਜੀ? ਹਾਂਜੀ, ਅੱਗੇ ਵੀ ਸਰਦਾਰ ਗਿਆਨ ਸਿੰਘ ਬੋਲ ਕੇ ਹਟੇ ਆ, ਤਾਂ ਮੇਰਾ ਨਾਮ ਵੀ ਗਿਆਨ ਸਿੰਘ ਆ। ਵਾਜੀ ਵਾਹ, ਵਾਜੀ ਵਾਹ ਜੀ। ਅੱਗੇ ਵੀ ਆਪਣੀ ਕਈ ਵਾਰੀ ਹੋਈ ਆ ਮੁਲਾਕਾਤ ਜੀ, ਤੇ ਸਾਈਕਲ ਬਾਰੇ ਜੀ ਬੜੀ ਵਧੀਆ ਇੱਕ ਕੀਮਤ ਦਾ ਤਾਂ ਪਤਾ ਨੀ ਜੀ, ਇੱਕ ਆਪਣੇ ਟਾਈਮ ਦੇ ਵਿੱਚ ਸਾਈਕਲ ਜਿਹੜਾ ਸੀਗਾ ਨਾ, ਜਿੱਦਾਂ ਅੱਜ ਕੱਲ ਕਹਿ ਲੋ ਫਰਾਰੀ ਆ ਜਾਂ ਮਰਸੀਡੀ ਦਾ ਜਾਂ BMW, ਇਹੋ ਕੀਮਤ ਹੁੰਦੀ। ਕਿਆ ਬਾਤ ਹੈ, ਕਿਆ ਬਾਤ ਹੈ। ਸਾਡੇ ਘਰਾਂ ਦੇ ਵਿੱਚ ਬਾਬਾ ਜੀ ਲੱਗਦੇ ਸੀ, ਤੇ ਸਾਡੇ ਤਾਇਆ ਜੀ ਉੱਥੇ ਸੁਰਖਪੁਰ ਪਿੰਡ ਬੜਾ ਮਸ਼ਹੂਰ ਆ ਜੀ ਕਬੱਡੀ ਵਾਲਾ। ਜੀ ਜੀ, ਸੁਰਖਪੁਰ ਖਿਡਾਰੀ ਬਹੁਤ ਨੇ। ਹਾਂਜੀ, ਉੱਥੇ ਚਲੋ ਸਾਡੇ ਤਾਇਆ ਜੀ ਵਿਆਹ ਸੀ ਤੇ ਬਾਬਾ ਜੀ ਚਲ ਗਿਆ ਜੀ, ਤੇ ਸਾਈਕਲ ਉਹ ਲੱਗ ਗਏ, ਜਿੱਦਾਂ ਭਾਜੀ ਹੋਣਾ ਨੇ ਦੱਸਿਆ ਕਿ ਅਫਰੀਕਾ ਚੋਂ ਆਏ ਸੀ ਜੀ, ਤੇ ਉਹ ਕਹਿੰਦੇ ਵੀ ਮੈਂ ਕੁੜੀਆਂ ਦੇ ਜਾਣਾ ਤੇ ਸਾਈਕਲ ਧਾਰਾ ਦੇ। ਅੱਛਾ ਜੀ, ਵਾਹ। ਉਹ ਕਹਿੰਦੇ ਵੀ ਤੈਨੂੰ ਭਾਜੀ ਸਾਈਕਲ ਤਾਂ ਲੈ ਜਾ ਵੀ, ਕੋਈ ਨੀ ਤੈਨੂੰ ਚਲਾਉਣਾ ਨੀ ਆਉਂਦਾ। ਉਹ ਕਹਿੰਦਾ ਕੋਈ ਨੀ ਚਲਾਉਣਾ ਕਿ ਮੈਂ ਰੇੜ ਕੇ ਲੈ ਜਾਊ। ਕਿਆ ਬਾਤ ਹੈ, ਸਾਈਕਲ ਦਾ ਟੌਰ ਬਣਦਾ। ਹਾਂਜੀ, ਉਦੋਂ ਇਹੋ ਅੱਜ ਕੱਲ ਵੀ ਪਾਣੀ ਦੇ ਮਾਰੇ ਹੋਏ ਪਿੰਡ ਆ, ਤੇ ਉਦੋਂ ਵੀ ਉਹ ਤੁਸੀਂ ਦਾ ਬੰਨ ਨੀ ਬੰਨੇ ਹੋਏ ਤੇ ਬੜਾ ਪਾਣੀ ਆਉਂਦਾ ਹੁੰਦਾ ਸੀ। ਅੱਛਾ ਜੀ, ਅੱਛਾ, ਚਲ ਗਿਆ ਸਾਈਕਲ ਰੇੜ ਕੇ ਲੈ ਗਿਆ। ਜਦੋਂ ਉੱਥੇ ਗਏ ਸਾਰੇ ਜੀ, ਉਹ
ਥੋੜੇ ਜਿਹੇ ਬੈਕਵਰਡ ਪਿੰਡ ਹੁੰਦੇ ਸੀ ਉਦੋਂ ਤੋਂ, ਕਹਿੰਦੇ ਸਾਡੇ ਪ੍ਰਾਹੁਣਾ ਆਇਆ ਸਾਈਕਲ ਲੈ ਕੇ, ਪ੍ਰਾਹੁਣਾ ਆਇਆ ਸਾਈਕਲ ਲੈ ਕੇ, ਤੇ ਬੜੀ ਬੱਲੇ ਬੱਲੇ ਹੋ ਗਈ ਜੀ ਵੀ ਜਿੱਦਾਂ ਅੱਜ ਕੱਲ ਕਹਿ ਲਓ ਵੀ ਜ਼ਿਆਦੇ ਹੋ ਗਈ ਗੱਲ। ਹਾਂਜੀ ਹਾਂਜੀ ਹਾਂਜੀ। ਤੇ ਉਹ ਕਹਿੰਦੇ ਸੀ ਚਲੋ ਉਹਨਾਂ ਨੇ ਸੇਵਾ ਸੁਭਾ ਕੀਤੀ ਤੇ ਦੋ ਤਿੰਨ ਦਿਨ ਉਦੋਂ ਆਮ ਹੀ ਹੁੰਦਾ ਸੀ ਪ੍ਰਾਹੁਣੇ ਰਹਿੰਦੇ ਹੁੰਦੇ ਸੀਗੇ, ਬਿਲਕੁਲ ਜੀ। ਉਹ ਰਹੇ ਤੇ ਜਦੋਂ ਵਾਪਸ ਆਉਣ ਲੱਗੇ ਕਹਿੰਦੇ ਵੀ ਹੁਣ ਏਦਾਂ ਘਰ ਵੀ ਕੋਈ ਮਾਸੜ ਜੀ ਕਵੇ, ਕੋਈ ਬਾਬਾ ਜੀ, ਕੋਈ ਚਾਚਾ ਜੀ, ਤੂੰ ਸਾਨੂੰ ਸਾਈਕਲ ਤੇ ਚੜ੍ਹ ਕੇ ਦਿਖਾ। ਉਹ ਕਹਿੰਦੇ ਵੀ ਮੈਨੂੰ ਇੱਥੇ ਤੁਹਾਡੇ ਕੱਚਾ ਰਾਇਆ, ਸਾਈਕਲ ਖਰਾਬ ਹੋ ਜਾਊਗਾ ਜੇ ਮੈਂ ਚੜਿਆ ਤੇ, ਇੱਥੇ ਤੁਹਾਡੇ ਮਿਸਤਰੀ ਹੈ ਨੀ ਤੇ ਮੈਂ ਗਾਹ ਜਾ ਕੇ ਚੜੂੰਗਾ ਵੀ ਲਾਗੇ ਬੂਥਲੋ ਜਾ ਕੇ ਪੱਕੀ ਸੜਕ ਤੇ ਜਾ ਕੇ। ਸਿਆਣੇ ਬਜ਼ੁਰਗ ਦੱਸਦੇ ਆ ਵੀ ਜਿੱਦਾਂ ਵੀ ਬੱਲੇ ਬੱਲੇ ਕਰਾਇਆ ਵੀ ਚਲਾਉਣਾ ਨੀ ਸੀ ਆਉਂਦਾ, ਰੇੜ ਕੇ ਪੈਦਲ ਲੈ। ਕੀ ਬਾਤ ਹੈ, ਸਾਈਕਲ ਦੀ ਵੈਲਿਊ ਪਤਾ ਲੱਗਦੀ ਜੀ ਇਸ ਗੱਲ ਤੋਂ। ਬਹੁਤ ਮਿਹਰਬਾਨੀ ਤੁਹਾਡੀ ਕਾਲ ਕਰਨ ਵਾਸਤੇ, ਤੁਹਾਡਾ ਬਹੁਤ ਧੰਨਵਾਦ ਜੀ। ਹੈਲੋ 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 ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੱਗੀ ਜੀ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ ਜੀ? ਠੀਕ ਹੈ ਠੀਕ ਹੈ ਠੀਕ ਹੈ। ਚਲਾਇਆ ਸਾਈਕਲ ਪਹਿਲੇ? ਬਹੁਤ ਚੇਤਾ ਕਰਾਤਾ, ਤੂੰ ਮੈਨੂੰ 30-35 ਸਾਲ ਪਿੱਛੇ ਲੈ ਗਿਆ। ਆਹਾ, ਲੇਡੀ ਸਾਈਕਲ ਦੇ ਅੱਗੇ ਟੋਕਰੀ ਹੁੰਦੀ ਸੀ? ਹਾਂਜੀ ਹਾਂਜੀ, ਲੇਡੀ ਸਾਈਕਲ ਬਹੁਤ ਸੋਹਣਾ ਸੀ। ਮੈਂ ਰੋ ਰੋ ਕੇ, ਮੈਂ ਆਪਣੇ ਭਰਾ ਕੋਲੋਂ, ਉਹ ਮੇਰੇ ਬ੍ਰਦਰ ਨੇ ਮੈਨੂੰ ਲਿਆ ਕੇ ਦਿੱਤਾ। ਅੱਛਾ ਜੀ। ਤੇ ਉਹ ਸਾਰੀ ਕਲਾਸ ਵਿੱਚ ਮੇਰੇ ਕੋਲ ਹੀ ਸੀਗਾ। ਆਹਾ, ਤੇ ਮੈਂ ਜਦੋਂ ਸਕੂਲੇ ਜਾਣਾ, ਇਦਾਂ ਵੀ ਮੇਰੀ ਟੌਹਰ ਹੋਣੀ ਵੀ ਸਾਰੀਆਂ ਕੁੜੀਆਂ ਨੇ ਮਗਰ ਮੇਰੇ ਦੇਖਣਾ ਵੀ ਸਾਨੂੰ ਚਲਾਉਣ ਦੇ ਵੀ ਸਾਨੂੰ। ਵਾਹ, ਜਾਣੀ ਬੜੀ ਖੁਸ਼ੀ ਹੁੰਦੀ ਸੀ ਕਿ ਕੋਈ ਚੀਜ਼ ਸਾਨੂੰ ਜਿਹੜੀ ਮਿਲੀ ਹੈ ਨਾ ਜੀ, ਉਸ ਵੇਲੇ ਉਹ ਸਾਈਕਲ ਹੀ ਲੈਣਾ ਬੜਾ ਮੁਸ਼ਕਲ। ਜੀ ਜੀ ਜੀ, ਬਹੁਤ ਮਿਹਰਬਾਨੀ। ਇਦਾਂ ਹੀ ਜਿੱਦਾਂ ਭਾਜੀ ਭਾਜੀ ਨੇ ਕਿਹਾ ਮਰਸਡੀ ਵਾਂਗੂ, ਇਦਾਂ ਹੀ ਕਿਹਾ ਕਾਰ ਲੈ। ਬਿਲਕੁਲ ਜੀ, ਬਹੁਤ ਸ਼ਿੰਗਾਰ ਕੇ ਰੱਖਦੇ ਸੀ। ਬੜੀ ਮਿਹਰਬਾਨੀ ਕਾਲ ਕਰਨ ਵਾਸਤੇ ਤੁਹਾਡੀ, ਔਰ ਨਾਲ ਦੀ ਨਾਲ ਜਿਹੜੀ ਹੈ ਬ੍ਰੇਕ ਲੈਣੀ ਪਏਗੀ ਕਾਰਾਂ ਤੁਹਾਡੀਆਂ, ਕਾਫੀ ਹੋਲਡ 'ਤੇ ਕੀਤੀਆਂ ਹੋਈਆਂ, ਨਾਲ ਨਾਲ ਬ੍ਰੇਕ ਵੀ ਲੈਣੀਆਂ ਪੈਣੀਆਂ। ਅਤੇ ਬ੍ਰੇਕ ਤੋਂ ਬਾਅਦ ਫਿਰ ਕਰਾਂਗੇ ਸਾਈਕਲ ਦੀਆਂ ਗੱਲਾਂ, ਜੋ ਕਿ ਉਸ ਸਮੇਂ ਦੀ ਮਰਸਡੀਜ਼ ਹੁੰਦੀ ਸੀ ਔਰ ਸਾਈਕਲ ਦੇ ਨਜ਼ਾਰੇ ਵੱਖਰੇ ਹੁੰਦੇ ਸੀ। ਸਾਂਝੀ ਕਰ ਸਕਦੇ ਆਪਣੀ ਗੱਲ, ਮੈਂ ਜਿਵੇਂ ਸਾਂਝੀ ਕੀਤੀ, ਇੱਕ ਪਹਿਲਾ ਸਾਈਕਲ ਜਿਹੜਾ ਮੈਂ ਲਿਆ ਸੀ ਚੰਡੀਗੜ੍ਹ 'ਚ ਆ ਕੇ ਲਿਆ ਸੀਗਾ, ਅਤੇ ਚੰਡੀਗੜ੍ਹ ਦੇ ਸਾਈਕਲ ਵਾਲੀ ਦੁਕਾਨ ਤੋਂ ਹੀ ਲਿਆ ਸੀਗਾ, ਅਤੇ 24 ਇੰਚ ਦਾ ਬੜਾ ਔਖਾ ਚੱਲਦਾ ਹੁੰਦਾ ਸੀ, ਪਰ ਬਾਅਦ ਵਿੱਚ ਚਲੋ ਪਰਮਾਤਮਾ ਦੀ ਕਿਰਪਾ। ਪਰ ਅੱਜ ਅਸੀਂ ਅਗਰ ਕੰਪੇਅਰ ਕਰੀਏ ਸਾਈਕਲ ਨੂੰ, ਸਾਈਕਲ ਨਾਲ ਅੱਜ ਦੇ ਮਾਹੌਲ ਨੂੰ, ਤਾਂ ਬੜਾ ਕੁਛ ਸਾਨੂੰ ਸੋਚਣ ਵਾਸਤੇ ਮਜਬੂਰ ਕਰਦੀਆਂ ਚੀਜ਼ਾਂ। ਫਿਲਹਾਲ ਦੇਖ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਜੀ, ਦੇਖ ਰਹੇ ਹੋ ਤੁਸੀਂ ਪ੍ਰੋਗਰਾਮ ਜ਼ਾਇਨੂ ਜਲਵੇ ਜੱਗੀ ਦੇ, ਅਤੇ ਸਾਈਕਲ ਦੀ ਗੱਲਬਾਤ ਚੱਲ ਰਹੀ ਹੈ, ਔਰ ਕਾਲਾਂ ਤੁਹਾਡੀਆਂ ਕਾਫੀ ਭਰੀਆਂ ਪਈਆਂ ਨੇ, ਔਰ ਇਸ ਤੋਂ ਲੱਗਦਾ ਕਿ ਤੁਸੀਂ ਆਪਣੀਆਂ ਯਾਦਾਂ ਜਿਹੜੀਆਂ ਹੈਗੀਆਂ ਪੁਰਾਣੀਆਂ ਸਾਂਝੀਆਂ ਕਰਨੀਆਂ ਚਾਹੁੰਦੇ ਹੋ। ਲੈਣੇ ਤੁਹਾਡੀਆਂ ਕਾਲਾਂ, ਜਾਣਦੇ ਤੁਹਾਡੇ ਵਿਚਾਰ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ, ਜਗਤਾਰ ਜੀ। ਜੀ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਹਰਕੇਸ਼ ਜੀ? ਹਾਂਜੀ, ਹਰਕੇਸ਼ ਬੋਲਦੀ ਲਾਲੇ ਤੋਂ। ਜੀ 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 ਜੀ, ਸਵਾਗਤ ਹੈ ਜੀ ਬਹੁਤ ਤੁਹਾਡਾ। ਹਾਂਜੀ, ਕੀ ਕਹਿਣਾ ਚਾਹੁੰਦੇ? ਹਾਂਜੀ ਹਾਂਜੀ, ਮੈਂ ਤੁਹਾਡੇ ਬਾਈਸਾਈਕਲ ਦੀਆਂ ਗੱਲਾਂ ਸੁਣ ਕੇ ਹੋਰ ਤਾਂ ਮੈਨੂੰ ਕੁਛ ਯਾਦ ਨਹੀਂ ਆਇਆ, ਪਰ ਮੈਨੂੰ ਗੌਣ ਵਜਾਉਣ ਦਾ ਸ਼ੌਕ ਆ ਗਿੱਧੇ ਭੰਗੜੇ ਦਾ ਜੀ। ਸੋ ਪੁਰਾਣੇ ਜ਼ਮਾਨੇ ਜਦੋਂ ਸਾਡੇ ਟਾਈਮ ਦੇ ਸਕੂਲ ਵਿੱਚ ਟੱਪੇ ਗਾਇਆ ਕਰਦੇ ਸੀਗੇ, ਉਹਦੇ ਵਿੱਚ ਸਾਈਕਲਾਂ ਦੇ ਟੱਪੇ ਹੁੰਦੇ ਸੀ ਗੀਤ, ਪਰ ਉਹ ਅੱਜ ਕੱਲ ਨੀ ਹੈਗੇ। ਸੋ ਮੈਂ ਤੁਹਾਨੂੰ ਇੱਕ ਟੱਪਾ ਸੁਣਾ ਸਕਦੀ ਹਾਂ? ਜ਼ਰੂਰ। ਹਾਂਜੀ ਜ਼ਰੂਰ ਜੀ। ਹਾਂਜੀ, ਬਾਈਸਾਈਕਲ ਚਲਾਈ ਜਾਂਦੇ ਹੋ, ਬਾਈਸਾਈਕਲ ਚਲਾਈ ਜਾਂਦੇ ਹੋ, ਉਹ ਤੁਹਾਡੀ ਕੀ ਲੱਗਦੀ ਜਿਹਨੂੰ ਪਿੱਛੇ ਬਿਠਾਈ ਜਾਂਦੇ ਹੋ, ਉਹ ਤੁਹਾਡੀ ਕੀ ਲੱਗਦੀ ਜਿਹਨੂੰ ਪਿੱਛੇ ਬਿਠਾਈ ਜਾਂਦੇ ਹੋ। ਥੈਂਕ ਯੂ ਜੀ। ਦੇਖੋ ਜੀ, ਉਦੋਂ ਸਾਈਕਲ ਹੁੰਦੇ ਸੀ, ਹੁਣ ਅੱਜ ਕੱਲ ਗੱਡੀਆਂ ਦੇ ਗਾਣੇ ਨੇ, ਉਦੋਂ ਸਾਈਕਲਾਂ ਦੇ ਹੁੰਦੇ ਸੀ। ਬੜੀ ਮਿਹਰਬਾਨੀ ਤੁਹਾਡੀ। ਹਾਂਜੀ ਹਾਂਜੀ, ਦੈਟ ਵਾਸ ਕਿਊਟ, ਥੈਂਕ ਯੂ। ਹੈਲੋ ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ ਹੈਲੋ ਵੀ ਜੱਗੀ ਸਾਹਿਬ। ਹਾਂਜੀ ਹਾਂਜੀ ਹਾਂਜੀ, ਪੈਰੀ ਪਹਿਣਾ ਜੀ, ਕਿੱਦਾਂ ਹਾਲ ਚਾਲ? ਠੀਕ ਠਾਕ ਹੋ? ਮੇਰੇ ਪੁੱਤ ਚਾਹੁੰਦੀਆਂ ਕਲਾ, ਤੂੰ ਤਾਂ ਮੇਰੇ ਕੰਨ ਹੀ ਪਕਾਤੇ। ਮੈਂ ਤੁਸੀਂ ਤਾਂ ਸਾਈਕਲ ਕਾਫੀ ਚਲਾਇਆ ਪਈ ਨਾ, ਫੇਰ ਤਾਂ ਮੇਰਾ ਫੋਨ ਹੋਰ ਤੇ ਪਾ ਲੈ। ਨਹੀਂ ਨਹੀਂ, ਫੇਰ ਅਗੇ ਜਿਹੜਾ ਕੁੜੀ ਨੇ ਗਾਣਾ ਗਾਇਆ ਨਾ, ਬਾਈ ਸਾਈਕਲ ਤੇ ਬਿਠਾਈ ਜਾਂਦੇ ਹੋ। ਹਾਂਜੀ ਹਾਂਜੀ, ਤੇ ਫੇਰ ਅੱਛਾ ਵੀ ਮੇਰਾ ਇੱਕ ਗੱਲ ਸੁਣ ਮੇਰੀ। ਹਾਂਜੀ, ਤੇ ਨਾ ਮੇਰਾ ਮੇਰਾ ਦੂਜਾ ਵੀ ਮੈਂ 15 ਸਾਲ ਦੀ ਸੀਗੀ ਜਦੋਂ ਸਾਈਕਲ ਚਲਾਇਆ ਸੀ। ਮੈਂ ਸਾਈਕਲ ਚਲਾਇਆ ਸੀ, ਬਾਈਸਾਈਕਲ ਜਿਹੜੇ ਬੰਦੇ ਚਲਾਉਂਦੇ ਆ, ਠੀਕ ਹੈ ਨਾ।
ਲੇਡੀ ਸਾਈਕਲ ਮੈਂ ਨਹੀਂ ਚਲਾਇਆ ਤੇ ਨਾ ਮੈਨੂੰ ਲੋੜ ਆ। ਉਹ ਮੇਰੇ ਭਰਾ ਨੂੰ ਨਾ ਦਾਜ ਦਿੱਤਾ ਸੀ ਸਾਈਕਲ ਜਿਹੜਾ ਮੈਂ ਚਲਾ ਦੀ ਤੇ ਉਦੋਂ ਉਹਨਾਂ ਟਾਈਮਾਂ ਦੀ ਮੈਂ ਗੱਲ ਕਰਾਂ ਤੁਹਾਨੂੰ ਵੀ 12 ਰੁਪਏ ਮਨ ਛੋਲੇ ਤੇ 12 ਰੁਪਏ ਮਨ ਕਣਕ ਆਉਂਦੀ ਸੀ ਕਾਕਾ ਜੀ ਜੱਗੀ ਸਾਹਿਬ। ਤੇ ਫਿਰ ਇੱਥੇ ਸਾਡਾ ਪ੍ਰਾਹੁਣਾ ਆਇਆ ਹੈ ਮੁਕਤਸਰ ਦਾ ਤੇ ਹੁਣ ਉਹਨੇ ਵੀ ਕੰਮ ਤੇ ਜਾਣ ਤੁਰ ਕੇ ਥੋੜਾ ਜਾਣਾ ਸੀ ਤੇ ਉਹਨਾਂ ਜੀ ਸਾਈਕਲ ਲੈ ਤਾ ਤੇ ਸਾਈਕਲ ਬਾਹਰ ਖੜਾ ਕੀਤਾ ਤੇ ਚੋਰੀ ਲੈ ਗਈ ਚੋਰੀ ਹੋ ਗਈ ਸਾਈਕਲ। ਫਿਰ ਹੁਣ ਅੱਜ ਕੱਲ ਤਾਂ ਸਾਈਕਲ ਵੀ ਚਲਾਉਂਦੇ ਆ ਹੁਣ ਸਾਡੇ ਜਿੱਥੇ ਸਾਰਾ ਘਰ ਆ ਨਾ ਬਹੁਤ ਸਾਈਕਲ ਲਿਆਉਂਦੇ ਆ ਤੇ ਕੈਲੀਫੋਰਨੀਆ ਤੋਂ ਜੀ ਪੰਨੂ ਸਾਹਿਬ ਸਵਾਗਤ ਹੈ ਜੀ। ਬੜੇ ਬੜੇ ਵਰਿਆਂ ਦੀ ਗੱਲ ਮੈਨੂੰ ਯਾਦ ਆ ਗਈ ਹੁਣ ਸਾਡੇ ਨਾ ਸਕਿਆਂ ਦੇ ਵਿੱਚੋਂ ਉਹਦੇ ਨਾਨਕੇ ਸੀ ਉੱਥੇ ਸਿੰਘਾਪੁਰ ਤੇ ਉਹਨਾਂ ਨੇ ਉਹ ਮੁੰਡਾ ਸਾਈਕਲ ਚਲਾਉਂਦਾ ਹੁੰਦਾ ਸੀ ਤੇ ਉਹਨੇ ਉਹਦੇ ਨਾਨਕਿਆਂ ਨੇ ਨਾ ਸਾਈਕਲ ਘੱਲਿਆ ਜਿਹੜਾ ਰੇਸਰ ਹੁੰਦਾ ਸੀ ਤੇ ਹੈਂਡਲ ਸਿੱਧੇ ਹੁੰਦੇ ਸੀ ਨਾ ਉਹਨਾਂ ਦੀ ਨੀਵੇਂ ਹੈਂਡਲ ਵਾਲਾ ਰੇਸਰ ਸਾਈਕਲ ਸੀ ਤੇ ਉਹਨੇ ਆਪਣੇ ਨਾ ਜਦੋਂ ਸਾਈਕਲ ਆਇਆ ਤੇ ਉਹਨੇ ਆਪਣੀ ਹਵੇਲੀ ਦੇ ਵਿੱਚ ਖੜਾ ਕੀਤਾ ਤੇ ਬਾਹਰ ਲੋਕ ਜਿਹਦੇ ਨਿਆਣੇ ਸੀ ਸਾਰੇ ਉਹਨੂੰ ਵੇਖਣ ਵਾਸਤੇ ਛਾਤੀਆਂ ਮਾਰਨ ਬਾਹਰਲੇ ਪਾਸਿਓਂ ਦੀ। ਮੈਨੂੰ ਯਾਦ ਆ ਵੀ ਉਹ ਉਹ ਸਾਈਕਲ ਦਾ ਹੈਂਡਲ ਵੇਖਣ ਵਾਸਤੇ ਹੋਏ ਕਿੱਟਾਂ ਚਾਉਂਦੇ ਹੋਣਗੇ ਇਹ ਮੈਨੂੰ ਗੱਲ ਯਾਦ ਆਈ ਆ ਜੀ। ਪੰਨੂ ਸਾਹਿਬ ਪੰਜਾਬੀਆਂ ਦੇ ਵਿੱਚ ਮੇਰੇ ਖਿਆਲ ਸਾਈਕਲ ਦਾ ਰੁਝਾਨ ਬਹੁਤ ਘੱਟ ਗਿਆ ਇੱਧਰ ਗੋਰੇ ਤੇ ਚਲਾਉਂਦੇ ਦੇਖੇ ਹਜੇ ਸਾਈਕਲ ਕਾਫੀ। ਹਾਂਜੀ ਹਾਂਜੀ ਹੋਈ ਹੈ ਤੇ ਇੱਥੇ ਚਲਾਉਂਦੇ ਪੂਰਾ ਬਹੁਤ ਚਲਾਉਂਦੇ ਆ ਪਰ ਆਪਣੇ ਹੌਲੀ ਹੌਲੀ ਆਪਣੇ ਵੀ ਸ਼ੁਰੂ ਕਰਦੇ ਹਾਂ ਜਿਉਂ 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 ਸਮਝ ਆਉਣੀ ਆ ਵੀ ਕਾਰਾਂ ਤੋਂ ਥੱਲੇ ਉਤਰੋ ਤੇ ਥੋੜ੍ਹੀ ਬਹੁਤ ਐਕਸਰਸਾਈਜ਼ ਕਰੋ ਤੇ ਇਹਦੀ ਲੋੜ ਤੇ ਪੈਣੀ ਗਾਂ ਨੂੰ ਜੀ। ਓਕੇ ਭਾਈ ਸਾਹਿਬ ਜੀ ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ, ਬਹੁਤ ਮਿਹਰਬਾਨੀ। ਹੈਲੋ 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 ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਸਰ, ਕੌਣ ਬੋਲਦੇ ਜੀ? ਮਿਸਟਰ ਜੱਗੀ ਬੋਲਦੇ ਜੀ। ਹਾਂਜੀ ਹਾਂਜੀ, ਮੈਂ ਜਗਤਾਰ ਜੱਗੀ ਬੋਲ ਰਹੀ, ਤੁਸੀਂ ਕੌਣ ਬੋਲ ਰਹੇ ਸਰ? ਹਾਂਜੀ ਸਰ ਜੀ, ਮੈਂ ਇੱਥੋਂ ਪਰਮਜੀਤ ਬੋਲਦਾ। ਹਾਂਜੀ ਪਰਮਜੀਤ ਜੀ, ਕੀ ਕਹਿਣਾ ਚਾਹੁੰਦੇ? ਕੀ ਯਾਦ ਨਿਊਯਾਰਕ ਤੋਂ ਜੀ? ਉਹ ਤੁਹਾਡਾ ਸਾਈਕਲ ਮੈਂ ਅੱਜ ਸੁਣਿਆ ਤਾਂ ਮੈਂ ਕਹਾਣੀ ਦੱਸਣਾ ਮੜੀ। ਜ਼ਰੂਰ ਜ਼ਰੂਰ। ਹਾਂਜੀ ਹਾਂਜੀ, ਮੈਂ ਪਰਮਜੀਤ ਬੋਲਦਾ ਜੀ। ਹਾਂਜੀ ਪਰਮਜੀਤ ਜੀ ਬੋਲੋ, ਤੁਹਾਡੀ ਕਾਲ ਲਾਈਵ ਲੱਗੀ ਹੈ, ਗੱਲ ਕਰੋ ਟੈਲੀਵਿਜ਼ਨ ਦੀ ਬਾਤ ਕੱਟ ਕਰਕੇ। ਸਾਡੇ ਫਾਦਰ ਹੋਣੀ ਇੱਕ ਜੈਬਰਾ ਸਾਈਕਲ ਲਿਆ ਸੀ ਜੀ। ਜੈਬਰਾ? ਹਾਂਜੀ। ਅੱਛਾ, ਉਹ ਸਾਡੇ ਫਾਦਰ ਹੋਣੀ ਇੱਥੇ ਫਵਾੜੇ ਕੰਮ ਕਰਦੇ ਫੈਕਟਰੀ 'ਚ ਜੀ। ਮੈਂ ਬੋਲ ਰਿਹਾ ਜੀ, ਮੈਂ ਬੋਲ ਰਿਹਾ। ਹਾਂਜੀ ਹਾਂਜੀ, ਬੋਲੋ ਬੋਲੋ ਬੋਲੋ, ਤੁਹਾਡਾ ਟਾਈਮ ਸਮਾਂ ਥੋੜਾ। ਉਹ ਜੈਬਰਾ ਸਾਈਕਲ ਜਾਂਦਾ ਸੀ ਕਿਤੇ ਸਕੂਲ ਜਾਣਾ, ਉਦੋਂ ਹੀ ਪੈਂਚਰ ਹੋ ਜਾਣਾ। ਅੱਛਾ, ਇਹ ਆਰਾਮ ਦਾ ਹੀ ਰੁੜ ਕੇ ਅਸੀਂ ਪੜ੍ਹਦੇ ਹੁੰਦੇ ਸੀ। ਉਹ ਕਦੀ ਬੜੇ ਭਾਈ ਲੈ ਜਾਣਾ, ਕਦੀ ਮੈਂ, ਜੋ ਵੀ ਪੈਂਚਰ ਹੋ ਜਾਣਾ, ਸਾਡੇ ਫਾਦਰ ਨੇ ਸਾਨੂੰ ਗਾਲਾਂ ਕੱਢੀਆਂ। ਬੜਾ ਹੀ ਸਾਂਭ ਸਾਂਭ ਕੇ ਰੱਖਿਆ, ਪਰ ਬੁੜੀਆਂ ਨੂੰ ਪਤਾ ਨੀ ਕਿੱਥੇ ਉਹਨੂੰ ਫੇਰ ਸਿੱਟਤਾ। ਜਿੰਨੇ ਵੀ ਹੁਣ ਦਰਸ਼ਕ ਪ੍ਰੋਗਰਾਮ ਦੇਖਦੇ ਨੇ ਤੇ ਜਿਹੜੇ ਬੰਦੇ ਨੂੰ ਕਿਤੇ ਦਾਜ ਦੇ ਵਿੱਚ ਸਾਈਕਲ ਮਿਲਿਆ ਹੋਊਗਾ ਉਹ ਤਾਂ ਨਹੀਂ ਉਹਨੂੰ ਭੁੱਲਦਾ ਹੋਣਾ, ਬਾਕੀ ਸਾਈਕਲ ਤਾਂ ਭੁੱਲ ਜਾਂਦੇ ਆ। ਔਰ ਜੇ ਪੰਜਾਬ ਦੀ ਗੱਲ ਕਰੀਏ ਤਾਂ ਮੇਰੇ ਖਿਆਲ 70 ਤੋਂ ਲੈ ਕੇ 80 ਤੱਕ ਜਿਹੜਾ ਰਿਵਾਜ਼ ਸੀਗਾ ਉਹ ਸਾਈਕਲ ਦਾ ਦਾਜ ਦੇ ਵਿੱਚ ਦੇਣ ਦਾ, ਸਾਈਕਲ ਦਾ ਰਿਵਾਜ਼ ਕਾਫੀ ਹੁੰਦਾ ਸੀਗਾ। ਔਰ ਪਿੰਡ ਦੇ ਵਿੱਚ ਜੇ ਕਿਸੇ ਨੂੰ ਦਾਜ ਦੇ ਵਿੱਚ ਸਾਈਕਲ ਮਿਲਿਆ ਹੁੰਦਾ ਸੀ ਤਾਂ ਉਹ ਦੂਰੋਂ ਪਤਾ ਲੱਗ ਜਾਂਦਾ ਸੀ ਵੀ ਇਹ ਸਾਈਕਲ ਜਿਹੜਾ ਦਾਜ 'ਚ ਮਿਲਿਆ ਹੋਇਆ। ਮੋਟਰਸਾਈਕਲ ਦੀ ਗੱਲ ਕਰੀਏ, ਮੋਟਰਸਾਈਕਲ ਵੀ ਪਤਾ ਲੱਗ ਜਾਂਦਾ ਸੀਗਾ ਵੀ ਇਹ ਮੋਟਰਸਾਈਕਲ ਪੱਕਾ ਦਾਜ ਦੇ ਵਿੱਚ ਮਿਲਿਆ ਹੋਇਆ। ਔਰ ਵੈਸੇ ਵੀ ਚਾਅ ਹੁੰਦਾ ਸੀ ਸਾਈਕਲ ਲਿਸ਼ਕਾ ਕੇ ਰੱਖਣਾ, ਐਨ ਤੇਲ ਤੂਲ ਦੇ ਕੇ ਰੱਖਣਾ। ਔਰ ਸਾਈਕਲ ਦੇ ਨਜ਼ਾਰੇ ਜਿਹੜੇ ਹੈਗੇ ਸੀ ਬਹੁਤ ਵਧੀਆ ਸੀਗੇ। ਸੋ ਕੋਸ਼ਿਸ਼ ਕਰਾਂਗੇ ਬ੍ਰੇਕ ਤੋਂ ਬਾਅਦ ਵੀ ਤੁਹਾਡੀਆਂ ਇੱਕ ਅੱਧੀ ਕਾਲ ਲੈਣ ਦੀ। ਦੇਖਦੇ ਹੋ ਜਸ ਪੰਜਾਬੀ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਜੀ ਪ੍ਰੋਗਰਾਮ ਜ਼ਾਇਨੂ ਜਲਵੇ ਜੱਗੀ ਦੇ ਆਖਰੀ ਪੜਾਅ ਹੈ, ਇੱਕ ਦੋ ਮਿੰਟ ਹੈਗੇ, ਫਟਾਫਟ ਕਾਲ ਲੈਂਦੇ ਇੱਕ ਅੱਧੀ। ਹੈਲੋ ਹੈਲੋ। ਹਾਂਜੀ ਜੱਗੀ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਆਪਣਾ ਧੀਰ ਸਾਹਿਬ। ਹਾਂਜੀ, ਸਾਈਕਲਾਂ ਦੀ ਤੁਸੀਂ ਗੱਲ ਯਾਦ ਕੀਤੀ ਨਾ ਜੀ, ਥੋੜਾ ਸਮਾਂ ਫੜੋ। ਹਾਂ ਜ਼ਰੂਰ ਗੱਲ ਕਰੋ ਜੀ ਧੀਰ ਸਾਹਿਬ। ਹਾਂ ਕੋਈ ਗੱਲ। ਅੱਛਾ, ਸਾਈਕਲ ਕਈ ਵਾਰੀ ਇੱਜ਼ਤ ਵੀ ਬਚਾਉਂਦੇ ਨੇ। ਮੈਂ ਅਸੀਂ ਜਦੋਂ ਮੈਂ ਲੁਧਿਆਣੇ ਪੜ੍ਹਦਾ ਹੁੰਦਾ ਸੀ ਕਾਲਜ ਦੇ ਵਿੱਚ, ਤੇ 1970 ਦੀ ਗੱਲ ਹੈ ਇਹ,
ਉੱਥੇ ਮੇਰੇ ਨਾਲ ਮੇਰਾ ਇੱਕ ਦੋਸਤ ਪੜ੍ਹਦਾ ਹੁੰਦਾ ਸੀ, ਉਹਦੀ ਇੱਕ ਭੈਣ ਕਾਲਜ 'ਚ ਪੜ੍ਹਦੀ ਹੁੰਦੀ ਸੀ। ਅੱਛਾ ਜੀ। ਤੇ ਉਹਦੀ ਭੈਣ ਨੂੰ ਇੱਕ ਸਾਡੇ ਕਾਲਜ ਵਿੱਚ ਪੜ੍ਹਦਾ ਲੁਧਿਆਣੇ ਸ਼ਹਿਰ ਦਾ ਕੋਈ ਮੁੰਡਾ ਤੰਗ ਕਰ ਗਿਆ ਹੁੰਦਾ ਸੀ। ਅੱਛਾ ਜੀ। ਤੇ ਉਹਨੇ ਕਈ ਵਾਰੀ ਕਿਹਾ ਵੀ ਤੂੰ ਨਾ ਮੈਨੂੰ ਤੰਗ ਕਰਿਆ ਕਰ, ਵੀ ਮੈਂ ਤੈਨੂੰ ਕੀ ਕਹਿੰਦੀ ਆ, ਮੈਂ ਤਾਂ ਇੱਥੇ ਪੜ੍ਹਨ ਆਉਣੀ ਆ, ਅਸੀਂ ਪਿੰਡਾਂ ਦੇ ਮੁੰਡੇ। ਤੇ ਉਹ ਨਹੀਂ ਹਟਿਆ, ਫਿਰ ਅਸੀਂ ਸਾਰਾ ਪਤਾ ਕਰਕੇ ਵੀ ਰਹਿੰਦਾ ਕਿੱਥੇ ਆ, ਉਹਦੇ ਉਸ ਮੁਹੱਲੇ ਜਾ ਵੜੇ, ਉਹਦੀ ਮਾਂ ਬਾਹਰ ਖੜੀ ਸੀ, ਅਸੀਂ ਕਿਹਾ ਤੁਹਾਡੇ ਮੁੰਡੇ ਨੂੰ ਮਿਲਣ ਆਇਆ, ਕਹਿੰਦੀ ਅੰਦਰ ਆ, ਦਰਵਾਜ਼ਾ ਲਾ ਲਿਆ, ਫਿਰ ਉਹਨੂੰ ਕੁੱਟਿਆ ਚੰਗੀ ਤਰ੍ਹਾਂ। ਅੱਛਾ ਜੀ। ਤੇ ਹਾਂਜੀ, ਚੰਗੀ ਤਰ੍ਹਾਂ ਉਹਨੂੰ ਸਭ ਕੁਛ ਕਿਹਾ ਵੀ ਸਾਡੀ ਭੈਣ ਨੂੰ ਤੂੰ ਛੇੜੇਗਾ ਮੁੜ ਕੇ, ਤੇ ਉਹ ਮਾਫੀਆ ਮੰਗੇ। ਉਦੋਂ ਬਾਅਦ ਉਹਦੀ ਮਾਂ ਆ ਗਈ, ਦਰਵਾਜ਼ਾ ਲਕਾਉਣ ਲੱਗ ਗਈ, ਅਸੀਂ ਮਾਰੀ ਪਲਾਕੀ ਸਾਈਕਲਾਂ ਤੇ ਭੱਜ ਗਏ ਆਪਣੇ ਪਿੰਡਾਂ ਨੂੰ। ਇਸ ਤਰ੍ਹਾਂ ਅਸੀਂ ਹਾਂ ਮੁੰਡੇ ਨੂੰ ਸਿੱਧਾ ਕਰਤਾ ਸੀ। ਵੈਸੇ ਅਹਿਮੀਅਤ ਬਹੁਤ ਹੁੰਦੀ ਸੀ ਸਾਈਕਲ ਦੀ ਜੀ ਉਸ ਸਮੇਂ ਦੇ ਵਿੱਚ, ਤੇ ਅੱਜ ਤਾਂ ਕੋਈ ਵੈਲਿਊ ਨਹੀਂ ਉਨੀ ਰਹੀ ਸਾਈਕਲ ਦੀ। ਮੈਂ ਸਾਈਕਲ ਬਹੁਤ ਚਲਾਇਆ ਜੀ, ਬਹੁਤ ਚਲਾਇਆ। ਹਾਂਜੀ, ਅਕਸਰ ਜਿਹੜੇ ਚਾਲੀ ਚਾਲੀ ਪਹਿਲਾਂ ਤਾਂ ਚਲੋ ਤੁਰ ਕੇ ਜਾਂਦੇ ਹੁੰਦੇ ਸੀ, ਉਦੋਂ ਬਾਅਦ ਜਦੋਂ ਸਾਈਕਲ ਆ ਗਏ ਤਾਂ ਚਾਲੀ ਚਾਲੀ 50-50 ਮੀਲ ਦਾ ਸਫ਼ਰ ਜਿੰਨਾ ਕਿਲੋਮੀਟਰ ਦਾ ਹੁੰਦਾ ਸੀ ਸਰ। ਜਿੱਦਾਂ ਭਾਈ ਸਾਹਿਬ ਨੇ ਦੱਸਿਆ ਨਾ, ਪਹਿਲਾਂ ਮੈਂ ਫਰੇਮ ਦੇ ਵਿੱਚ ਦੀ ਪਾ ਕੇ ਲੱਤ ਇੱਕ ਸਾਲ ਕੈਂਚੀ ਸਾਈਕਲ ਚਲਾਇਆ। ਮੇਰੇ ਫਾਦਰ ਉਹਨਾਂ ਨੇ ਜਦੋਂ ਮੇਰੀ ਭੈਣ ਦਾ ਰਿਸ਼ਤਾ ਕੀਤਾ, ਉਹ 40 ਮੀਲ ਸਾਈਕਲ ਤੇ ਹੀ ਗਏ ਸੀ, 40 ਮੀਲ ਸਾਈਕਲ ਤੇ ਆਏ ਸੀ ਦੇਖ ਲਓ। ਸਵੇਰ ਨੂੰ ਤੜਕੇ ਜਾ ਕੇ ਸ਼ਾਮ ਨੂੰ ਮੁੜ ਆਏ ਸੀ ਮੁੰਡਾ ਦੇਖ ਕੇ। ਧੀਰ ਸਾਹਿਬ ਚਲੋ ਬਹੁਤ ਮਿਹਰਬਾਨੀ ਜੀ ਤੁਹਾਡੀ। ਓਕੇ ਥੈਂਕ ਯੂ, ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਜ਼ਰੂਰ ਜੀ। ਸਾਈਕਲ ਜਿਹੜਾ ਉਹ ਚਲਾਉਣਾ ਚਾਹੀਦਾ, ਸਾਈਕਲ ਦੀ ਅਹਿਮੀਅਤ ਕਿਹੜੀ ਆ ਉਹ ਪਤਾ ਲੱਗਦੀ ਬਾਅਦ ਦੇ ਵਿੱਚ। ਪਹਿਲੇ ਸਮਿਆਂ ਦੇ ਵਿੱਚ ਚਲੋ ਤੁਰ ਕੇ ਜਾਂਦੇ ਸੀ ਬਾਹਰ ਮੋਟਰ 'ਤੇ ਨਹਾਉਣ ਜਾਣਾ ਜਾਂ ਜੰਗਲ ਪਾਣੀ ਜਾਣਾ, ਤੁਰ ਕੇ ਜਾਂਦੇ ਸੀ ਅਤੇ 5-4 ਕਿਲੋਮੀਟਰ ਦੀ ਸੈਰ ਵੈਸੇ ਹੀ ਹੋ ਜਾਂਦੀ ਸੀ, ਪਿੰਡੋਂ ਬਾਹਰ ਦੂਰ ਜਾਣਾ ਪੈਂਦਾ ਸੀ। ਚਲੋ ਉਦੋਂ ਬਾਅਦ ਸਮਾਂ ਆ ਗਿਆ, ਉਹ ਵੀ ਥੋੜ੍ਹਾ ਠੀਕ ਸੀ, ਅਸੀਂ ਬਾਹਰ ਅੰਦਰ ਹੀ ਤਾਂ ਜਾਣਾ ਜੰਗਲ ਪਾਣੀ ਕਿਤੇ ਜਾਣਾ, ਅਤੇ ਚਲੋ ਜਾਂ ਮੋਟਰ 'ਤੇ ਨਹਾਉਣ ਨਹੁਣ ਜਾਣਾ, ਸਾਈਕਲ 'ਤੇ ਚੱਲ ਗਏ ਸਾਈਕਲ 'ਤੇ, ਉਹ ਵੀ ਚਲੋ ਸਾਈਕਲ ਦੀ ਐਕਸਰਸਾਈਜ਼ ਥੋੜ੍ਹੀ ਹੋ ਜਾਂਦੀ ਸੀਗੀ। ਹੁਣ ਤਾਂ ਉਦੋਂ ਬਾਅਦ ਹੁਣ ਜੇ ਜਾਣਾ ਮੋਟਰ 'ਤੇ ਵੀ ਨਹਾਉਣ ਜਾਣਾ ਕਿਸੇ ਨੇ ਪਿੰਡ ਦੇ ਵਿੱਚ, ਤਾਂ ਉਹਨੇ ਵੀ ਮੋਟਰਸਾਈਕਲ ਨੂੰ ਕਿੱਕ ਮਾਰਨੀ ਆ ਅਤੇ ਮੋਟਰਸਾਈਕਲ ਨਹਾਉਣ ਚੱਲ ਜਾਣਾ। ਸੋ ਸਿਹਤਾਂ ਦਾ ਸਤਿਆਨਾਸ਼ ਹੋਣ ਦਾ ਵੀ ਕਾਰਨ ਇਹੀ ਹੈ ਕਿ ਸਾਡੀ ਐਕਸਰਸਾਈਜ਼ ਜਿਹੜੀ ਆ ਉਹ ਘੱਟ ਗਈ ਆ। ਉਮੀਦ ਕਰਦਾ ਅੱਜ ਦਾ ਪ੍ਰੋਗਰਾਮ ਵੀ ਤੁਹਾਨੂੰ ਵਧੀਆ ਲੱਗਿਆ ਹੋਵੇਗਾ। ਈਮੇਲ ਕਰ ਸਕਦੇ ਹੋ jaggi@chasbroadcasting.com ਜਾਂ ਫਿਰ info@chasbroadcasting.com। ਇਸ ਤੋਂ ਇਲਾਵਾ ਫੇਸਬੁੱਕ, ਟਵਿੱਟਰ ਮੇਰਾ ਸੈੱਲ ਨੰਬਰ ਤੁਹਾਡੇ ਕੋਲ ਹੈਗਾ 2094503352 ਅਤੇ ਕਦੇ ਵੀ ਕਾਲ ਕਰਕੇ ਕੋਈ ਵੀ ਗੱਲਬਾਤ ਹੈਗੀ, ਕੋਈ ਜਾਣਕਾਰੀ ਲੈਣੀ ਕਾਲ ਕਰ ਸਕਦੇ ਹੋ। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰੱਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।